प्राइम एशिया टैलीविजन वेख रहे समुचे दर्शकों नूं दविंदर सिंह बैनीपाल वालों प्यार अते सत्कार सहित सत श्री अकाल। प्राइम टाइम विद बैनीपाल विच तुहाडा सभना दा हार्दिक स्वागत है। दोस्तों, पंजाब दी मशहूर दुगाणा जोड़ी तुहाडी रूबरू करन जा रहा हाँ। किसे छड़े बंदे दे मत्थे लग गई तूनी, व्याह करवा के मगरों फिर पुछदा कौन विचोलिया नूं। भगत सिंह की घोड़ी जदों गाउंदे ने कमाल कर देंदे ने, ते कदे हरे पत्ते वाली गोली की गल करते हैं, ते कदे कहंदे ने चोज अमीरां दे चमचियां नाल शराबां। बहुत सारे गीत ने जिहड़े पेंडू अखाड़ियां दी सभ्याचारक मेलियां दी शान बनते हैं। आओ तुहाडे रूबरू करिए जिहड़े नखरियां दे नाल गाउंदे ने अते लोकां नूं अपने वल आकर्षित करन दे विच कामयाब हो जांदे ने। ओह हन गायक अते गीतकार आत्मा बुढ़े वालिया ਅਤੇ ਅਮਨ ਰੋਜ਼ੀ। ਆਓ ਇਹਨਾਂ ਦਾ ਸਵਾਗਤ ਕਰੀਏ। ਬਾਈ ਜੀ, ਤੁਸੀਂ ਕੈਨੇਡਾ ਫਿਰੀ ਤੇ ਆਇਓ, ਇੱਕ ਵਾਰੀ ਤੁਹਾਡਾ ਫਿਰ ਦੋਵਾਂ ਦਾ ਹਾਰਦਿਕ ਸਵਾਗਤ ਹੈ ਜੀ। ਐਨ ਸਹੀ, ਸਾਡੇ ਵੱਲੋਂ ਤਾਂ ਆਪ ਜੀ ਦਾ ਧੰਨਵਾਦ ਜੀ। ਪ੍ਰਾਈਮ ਏਸ਼ੀਆ ਦੇਖ ਰਹੇ ਸਾਰੇ ਮੇਰੇ ਦਰਸ਼ਕ ਵੀਰਾਂ ਦਾ, ਮੇਰੀਆਂ ਭੈਣਾਂ ਮਾਤਾਵਾਂ ਵੀਰ ਬਜ਼ੁਰਗ ਬੱਚਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰੋਜ਼ੀ ਜੀ, ਐਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ। ਥੈਂਕ ਯੂ ਭਾਅ ਜੀ। ਬਾਈ ਜੀ, ਮੈਨੂੰ ਇਹ ਦੱਸਿਓ, ਬਹੁਤ ਸਾਰੇ ਲੋਕ ਨੇ ਉਹ ਜਦੋਂ ਵੀ ਗਾਉਂਦੇ ਆ, ਕਈ ਵਾਰੀ ਉਹਨਾਂ ਦੀ ਕਿਸੇ ਨਾਲ ਮੌਜਾਂ ਮੇਚ ਹੀ ਨਹੀਂ ਆਉਂਦਾ, ਮਾਲ ਮੇਚ ਹੀ ਨਹੀਂ ਆਉਂਦੀ। ਤੁਹਾਡਾ ਆਪਸ ਦੇ ਵਿੱਚ ਬਹੁਤ ਅਸਰ ਵੀ ਹੈ ਅਤੇ ਲੋਕਾਂ ਦੇ ਵਿੱਚ ਰਸੂਖ ਵੀ ਹੈ, ਇਹ ਕਿਉਂ? ਦੇਖੋ ਜੀ, ਕੁਰਮ ਦੀ ਜੁੱਤੀ ਅਤੇ ਪਲਾਸਟਿਕ ਦੀ ਜੁੱਤੀ ਦਾ ਫਰਕ ਬਹੁਤ ਹੁੰਦਾ। ਤੁਸੀਂ ਮੌਜੇ ਦੀ ਗੱਲ ਕੀਤੀ ਆ, ਕਹਿੰਦਾ ਵੀ ਪਾਣੀ ਨੂੰ ਦੇਖ ਕੇ ਮੌਜਾ ਖੋਲਣਾ ਚਾਹੀਦਾ, ਹੈ ਨਾ? ਅਤੇ ਨਾਪਤੋਲ ਕੌਣ ਕਰਦੇ ਆ? ਇਹ ਰੱਬ ਵਰਗੇ ਸਰੋਤੇ ਕਰਦੇ ਆ, ਦਰਸ਼ਕ ਕਰਦੇ ਆ। ਅਤੇ ਬਾਕੀ ਤੁਸੀਂ ਕਹਿੰਦੇ ਮੌਜਾਂ ਵਿੱਚ ਨਹੀਂ, ਮੈਂ ਤਾਂ ਹਰ ਇੱਕ ਨਾਲ ਬਣਾਉਣ ਦੀ ਕੋਸ਼ਿਸ਼ ਕਰਦਾ ਅਤੇ ਉਹਦੀ ਜਿਉਂਦੀ ਜਾਗਦੀ ਮਿਸਾਲ ਤੁਹਾਡੇ ਸਾਹਮਣੇ ਬੈਠੀ ਹੈ। ਬਹੁਤ ਰੋਜ਼ੀ, ਆਪਾਂ ਇਹਨਾਂ ਨੂੰ ਨਹੀਂ ਦੱਸਣੀ ਇਹ ਗੱਲ, ਆਪਾਂ ਆਪਸ 'ਚ ਕਰਨੀ ਹੈ। ਹਾਂਜੀ, ਤੰਗ ਤਾਂ ਨਹੀਂ ਬਹੁਤਾ ਕਰਦੇ? ਨਹੀਂ ਨਹੀਂ, ਬਿਲਕੁਲ ਨਹੀਂ। ਲੇਕਿਨ ਮੈਨੂੰ ਵਧੀਆ ਵੀ ਲੱਗਦਾ, ਕਿਉਂਕਿ ਮੈਂ ਜਦੋਂ ਇਸ ਲਾਈਨ 'ਚ ਆਈ ਸੀ ਮੈਨੂੰ ਬਿਲਕੁਲ ਨੌਲੇਜ ਨਹੀਂ ਸੀ। ਸੋ ਮੈਨੂੰ ਇਸ ਲਾਈਨ 'ਚ ਇੱਥੋਂ ਤੱਕ ਪਹੁੰਚਾਉਣ ਵਾਲੇ ਆਤਮਾ ਜੀ ਹੈ। ਸੋ ਹਮੇਸ਼ਾ ਮੈਨੂੰ ਉੱਥੇ ਜ਼ਰੂਰ ਡਾਂਟਦੇ ਆ ਜਿੱਥੇ ਮੇਰੀ ਗਲਤੀ ਹੁੰਦੀ ਆ, ਤੂੰ ਆਹ ਕੰਮ ਇੱਦਾਂ ਨਹੀਂ ਕਰਨਾ, ਇੱਥੇ ਇੱਦਾਂ ਨਹੀਂ ਕਰਨਾ। ਸੋ ਪਹਿਲਾਂ ਪਹਿਲਾਂ ਜਦੋਂ ਮੈਂ ਸਟਾਰਟਿੰਗ 'ਚ, ਮੈਨੂੰ ਲੱਗਦਾ ਸੀ ਮੈਨੂੰ ਬਹੁਤ ਰੋਕਦੇ ਆ, ਕਿਉਂ ਇੰਨਾ ਰੋਕਦੇ ਆ, ਕਿਉਂ ਇੰਨਾ ਟੋਕਦੇ ਆ। ਲੇਕਿਨ ਉਹਨਾਂ ਦਾ ਰਿਜ਼ਲਟ ਦੁਪਹਿਰੇ ਹੋਇਆ ਸੀ ਅੱਜ। ਅੱਛਾ ਜੀ, ਉਹ ਚੀਜ਼ਾਂ ਮੈਨੂੰ ਇਹ ਲੱਗਦਾ ਵੀ ਜਿਹੜਾ ਦਿਨ ਅਸੀਂ ਮਾੜਾ ਮੋਟਾ ਨਾ ਭਾਂਡੇ ਨਾ ਖੜਕਾਈਏ, ਸਾਨੂੰ ਰੋਟੀ ਸਵਾਦ ਨਹੀਂ ਲੱਗਦੀ। ਦੁਪਹਿਰੇ ਗੱਲ ਇਹ ਸੀ, ਮੈਂ ਚੱਲ ਮਾੜਾ ਮੋਟਾ ਤੈਨੂੰ ਘੁਮਾ ਫਰਾ ਲਿਆ ਵਾ। ਅੱਛਾ, ਕਿਹਾ ਪਤਾ ਕੀ, ਮੇਰੀ ਸਿਹਤ ਨਹੀਂ ਠੀਕ, ਭਲੀਏ ਮਾਨਸੇ, ਜੇ ਕੈਨੇਡਾ ਆ ਕੇ ਵੀ ਸਿਹਤ ਠੀਕ ਨਹੀਂ, ਹੋਰ ਹੋਣੀ ਕਿੱਥੇ ਆ। ਅੱਛਾ, ਆਪਾਂ ਫਿਰ ਮੈਨੂੰ ਇਹ ਦੱਸਿਓ, ਜਿਸ ਟਾਈਮ ਤੁਸੀਂ ਦੱਸਦੇ ਹੋ ਕਿ ਖੜਨਾ, ਲਿਖਣਾ, ਪੜ੍ਹਨਾ, ਗਾਉਣਾ, ਸੁਣਾਉਣਾ ਆਤਮਾ ਜੀ ਨੇ ਤੁਹਾਨੂੰ ਦੱਸਿਆ ਅਤੇ ਤੁਸੀਂ ਅੱਜ ਕਹਿੰਦੇ ਹੋ ਕਿ ਮੇਰਾ ਸਭ ਕੁਝ ਇਹਨਾਂ ਦਿੱਤਾ ਹੋਇਆ, ਇਹਨਾਂ ਨਾਲ ਮੇਲ ਕਿਵੇਂ ਹੋਇਆ ਸੀ? ਇਹਨਾਂ ਨੇ ਤੁਹਾਨੂੰ ਲੱਭਿਆ ਸੀ ਜਾਂ ਤੁਸੀਂ ਇਹਨਾਂ ਨੂੰ ਲੱਭਿਆ ਸੀ? ਆਤਮਾ ਜੀ ਤੋਂ ਪੁੱਛੋ। ਆਤਮਾ ਜੀ ਨੇ ਸਾਡੇ, ਮੈਂ ਦੱਸ ਦਿੰਦੀ, ਨੌਨ 'ਚ ਹੀ ਸੀਗੇ, ਆਤਮਾ ਜੀ ਨੂੰ ਵੀ ਜਾਣਦੇ ਸੀ ਅਤੇ ਉਹਨਾਂ ਦੇ ਥਰੂ ਸਾਡੀ ਮੁਲਾਕਾਤ ਹੋਈ ਸੀਗੀ। ਸੋ ਆਤਮਾ ਜੀ ਆਏ ਸੀ ਸਾਡੇ ਘਰੇ। ਅੱਛਾ, ਹਾਂਜੀ, ਕੋਸ਼ਿਸ਼ ਕਰਨੀ ਚਾਹੀਦੀ ਆ ਕਿਸੇ ਘਰ ਦੇ ਵਿੱਚੋਂ। ਮੰਨ ਲਓ ਜਿਵੇਂ ਕਹਿੰਦੇ ਦਹੀਂ ਮਿਲ ਜਾਂਦਾ, ਕਿਤੋਂ ਪਰੌਂਠੇ ਮਿਲ ਜਾਂਦੇ ਆ, ਅਤੇ ਕਈ ਵਾਰ ਸੁੱਕੀ ਰੋਟੀ ਲੈ ਕੇ ਮੁੜਨਾ ਪੈਂਦਾ। ਅੱਛਾ, ਪਰ ਉਹ ਰੋਟੀ ਇਹੋ ਜਿਹੀ ਸੀ ਕਿ ਮਤਲਬ ਜਿਵੇਂ ਕਹਿੰਦੇ ਵੀ ਪਰੌਂਠਾ ਵੀ ਨਹੀਂ ਕਹਿ ਸਕਦੇ, ਕਿਹੜੀ ਕਹਿੰਦੇ ਆ, ਜਿਹੜਾ ਕੀ ਜਿਹੜਾ ਕਹਿੰਦੇ ਬ੍ਰੈਡ ਕਿਹੜਾ ਹੁੰਦਾ? ਬਰਾਊਨ ਬ੍ਰੈਡ? ਨਹੀਂ ਨਹੀਂ, ਹੋਰ ਹੁੰਦਾ, ਕਿਹੜਾ ਗ੍ਰੇਨ ਹੁੰਦਾ ਉਹ? ਮਲਟੀ ਗ੍ਰੇਨ। ਇਹ ਮਲਟੀ ਗ੍ਰੇਨ ਬ੍ਰੈਡ ਹੈ ਜੀ। ਖੈਰ, ਆਪਾਂ ਮੈਨੂੰ ਦੱਸਿਓ ਆਤਮਾ ਜੀ, ਮੈਨੂੰ ਪਤਾ ਬਹੁਤ ਲੰਬਾ ਸਮਾਂ ਸੰਘਰਸ਼ ਕੀਤਾ ਤੁਸੀਂ, ਪਹਿਲਾਂ ਲਿਖਦੇ ਰਹੀ ਫਿਰ ਗਾਉਣ ਲੱਗ ਪਏ, ਇਹ ਜਿਹੜਾ ਸੋਲੋ ਵਾਲਾ ਕੰਮ ਸੂਤਨੀ ਸੀ ਤਾਂ ਦੁਗਾਣਿਆਂ ਵੱਲੋਂ ਆ ਗਏ ਜਾਂ ਡੇ ਵਨ ਤੋਂ ਹੀ ਸੋਚਿਆ ਸੀ ਕਿ ਦੁਗਾਣੇ ਗਾਉਣੇ? ਦਵਿੰਦਰ ਜੀ, ਬਹੁਤ ਤੁਹਾਡਾ ਧੰਨਵਾਦ, ਮੇਰੇ ਤੋਂ ਛੋਟਾ ਭਰਾ, ਮੈਨੂੰ ਬਹੁਤ ਵਧੀਆ ਲੱਗਦਾ ਕਿਉਂਕਿ 16 ਅਤੇ 18 34 ਸਾਲ ਦਾ ਸਫ਼ਰ ਅੱਧੇ ਘੰਟੇ ਦੇ ਵਿੱਚ, ਮੈਨੂੰ ਉਮੀਦ ਆ ਮੇਰੇ ਤੋਂ ਨਹੀਂ ਹੋਣਾ, ਪਰ ਮੈਂ ਇਹ ਗੱਲ ਦੱਸਦਾ ਤੁਹਾਡੀ ਗੱਲ ਦੀ ਸਿੱਖਿਆ ਦੇਣ ਲੱਗਿਆ, ਮੈਂ ਸ਼ੁਰੂਆਤ ਉੱਥੋਂ ਕਰਨ ਲੱਗਿਆ। ਪਹਿਲੇ ਤਾਂ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਅਤੇ ਅਸੀਂ ਅੱਜ ਤੁਹਾਡੇ ਸਾਹਮਣੇ ਬੋਲਣ ਜੋਗੇ ਹੋਏ ਹਾਂ, ਤੁਸੀਂ ਕੀਤਾ ਸਾਨੂੰ। ਅਤੇ ਉਸ ਟਾਈਮ ਦਾ ਗੀਤ ਮੈਂ ਸੁਣਾਉਣ ਲੱਗਾ ਤੁਹਾਨੂੰ, 92 ਦਾ ਜਿਹੜਾ ਦੁਗਾਣਾ ਰਿਕਾਰਡ ਕਰਾਇਆ ਸੀ। ਅੱਛਾ ਜੀ, ਅਤੇ ਸ਼ਾਇਦ ਹੋ ਸਕਦਾ 3 ਵੀ ਜਿੱਤੇ ਨਾ? ਕਿਹੜੇ ਵਾਲਾ? ਹਾਂ, ਮੇਲਾ ਵਾਲਾ। ਹਾਂ, ਵੱਡੇ ਵਾਲਾ ਮੇਲਾ ਦਾ। ਹਾਂਜੀ, ਕੱਪੜਾ ਸਵਾਇਆ ਹਜੇ ਨਾ ਗਲ ਵਿੱਚ ਪਾਇਆ, ਫਾਇਦਾ ਕੀ ਸਵਾਉਣ ਦਾ, ਵਿਆਹ ਕਰਵਾ ਕੇ ਬਹਿ ਕੇ ਦੁੱਖ ਨਾ ਮੰਡਾਇਆ, ਫਾਇਦਾ ਕੀ ਕਰਾਉਣ ਦਾ, ਉਹ ਲੱਦ ਗੰਨੇ ਦੀ ਟਰਾਲੀ ਮੰਜਾ ਨਾਲ ਵੇਰ, ਨਾ ਤੁਰਿਆ ਰਾਤ ਨੂੰ ਰੱਖੜਾ ਮੁਰਿੰਡਾ ਬੁੱਢੇ ਆਲ ਵੇਰ, ਨਾ ਤੁਰਿਆ ਰਾਤ ਨੂੰ ਰੱਖੜਾ ਮੁਰਿੰਡਾ ਭੰਨੀ ਆੜ ਵੇਰ, ਨਾ ਤੁਰਿਆ ਰਾਤ ਨੂੰ ਉਹ
ਸਾਰੰਗੀਲੇ ਖੜੇ ਆ ਗੰਨੇ ਦੇ ਜੱਟ ਦੇ ਨੀ ਕਰੇ ਰਹਿ ਕੇ ਨਾ ਸਰੇ ਘਰ ਵਿੱਚ ਪੱਕੀਆਂ ਪਕਾਈਆਂ ਖਾਣ ਨੂੰ ਨੀ ਚਿੱਤ ਕੀ ਦਾ ਨਾ ਕਰੇ ਨਾ ਤੂੰ ਦਿਲ ਸਾਡਾ ਦੁੱਖ ਦਾ ਦਿਖਾਲਨੀ ਰਾਤਾਂ ਕੱਟਦਾ ਹਾਨਣੇ ਓਏ ਮਹਿਲੇ ਚ ਪਰਾਲੀ ਜਾਲ ਜਾਲਨੀ ਰਾਤਾਂ ਕੱਟਦਾ ਹਾਨਣੇ। ਅੱਛਾ 92 ਦੇ ਵਿੱਚ ਰਿਕਾਰਡ ਹੋ ਗਿਆ ਸੀ? ਇਹ 92 ਚ ਰਿਕਾਰਡ ਹੋਇਆ ਸੀ। ਮੇਰਾ ਕਹਿਣਾ ਮੈਂ ਤੁਸੀਂ ਕਿਹਾ ਵੀ ਸ਼ਾਇਦ ਸੋਲੋ ਤੇ ਨਾ ਤਜਰਬੇ ਦੋਨੇ ਬਰਾਬਰ ਆਏ ਨੇ। ਅੱਛਾ ਇੱਕ ਮੰਨ ਲਓ ਇੱਕ ਪਾਸੇ ਮੇਰਾ ਗੋਰਾ ਸੀਗਾ ਬਲਦ, ਇੱਕ ਪਾਸੇ ਸੀਗਾ ਭੂੰਗਾ, ਕੰਮ ਦੋਨਾਂ ਨੇ ਪੂਰਾ ਕੀਤਾ। ਹਾਂਜੀ ਹਾਂਜੀ। ਪਹਿਲਾਂ ਲਿਖਣ ਲੱਗੇ ਜਾਂ ਗਾਉਣ ਲੱਗੇ? ਪਹਿਲਾਂ ਮੈਂ ਲਿਖਣ ਲੱਗਿਆ ਅਤੇ ਚਿੱਟਕ ਇਹ ਸੀਗੀ ਅਤੇ ਕਿਉਂਕਿ ਗਾਇਕੀ ਯਾਰ ਗੀਤਕਾਰੀ ਜੇਕਰ ਮਾੜਾ ਜਿਹਾ ਸਮੇਲ ਦੋਨਾਂ ਦਾ ਇਕੱਠਾ ਹੋ ਜਾਵੇ ਕਿਉਂਕਿ ਆ ਇੰਨਾ ਕੁ ਫਰਕ ਆ ਨਾ, ਹੋਰ ਤਾਂ ਸਾਰਾ ਦਿਮਾਗ ਵੱਧ ਘੱਟ ਵੀ ਸਕਦਾ। ਅੱਛਾ ਪਰ ਗਲਾ ਜਿਹੜਾ ਉਸ ਮਾਲਕ ਦੀ ਦੇਣਾ, ਉਹਦੇ ਕਰਕੇ ਮੈਨੂੰ ਲੱਗਦਾ ਸ਼ਾਇਦ ਸਾਨੂੰ ਲੋਕਾਂ ਨੇ ਪਸੰਦ ਕੀਤਾ। ਜਿਹੜੇ ਵੇਲੇ ਤੁਸੀਂ ਗੱਲ ਕਰਦੇ ਹੋ 92-93 ਦੇ ਵਿੱਚ ਪੰਜਾਬ ਦੀ ਜਿਹੜੀ ਹਾਲਾਤ ਸੀ ਉਹ ਨਾਸਾਜ ਸੀ, ਕੋਈ ਬਹੁਤੇ ਚੰਗੇ ਨਹੀਂ ਸੀ ਜੀ। ਉਹਨਾਂ ਦਿਨਾਂ ਦੇ ਵਿੱਚ ਮੇਲੇ ਮੁਸਾਵੇ ਜੋਰਾਂ ਸ਼ੋਰਾਂ ਨਾਲ ਲੱਗਦੇ ਸੀ? ਦੇਖੋ ਜੀ ਗੱਲ ਇਹ ਸੀ, ਮੈਂ ਸਪੋਰਟਸ ਦੇ ਬੇਸ 'ਤੇ ਕਿਉਂਕਿ ਮੇਰਾ ਅਸੀਂ ਪਿੰਡ ਬੁੱਢੇ ਵਾਲੇ ਹਾਂ ਜੀ ਜੀ, ਹੈ ਨਾ, ਬੁੱਢੇ ਵਾਲੇ ਪਿੰਡ ਤੋਂ ਇੱਥੇ ਵੀ ਬਹੁਤ, ਮੰਨ ਲਓ ਕੈਨੇਡਾ ਅਮੈਰੀਕਾ ਜਿੱਥੇ ਵੀ ਹੈ, ਤੁਸੀਂ ਵੀ ਸ਼ਾਇਦ ਪੰਜਾਬ ਦੇ ਵਿੱਚ ਕੀ ਨੇੜੇ ਆ ਜਾਂਦੇ ਹੋ ਸਾਡੇ ਤੋਂ, ਗੁਆਂਢੀ ਹੋ ਨਾ ਜੀ ਜੀ। ਪਰ ਗੱਲ ਇਹ ਆ ਵੀ ਜਿਹੜੇ ਮੇਲੇ ਮੁਸਾਵੇ ਮੈਨੂੰ ਬਹੁਤ ਸ਼ੌਕ ਹੁੰਦਾ ਸੀ। ਅੱਛਾ ਤੁਹਾਡੇ ਪਿੰਡ ਦੇ ਨਾਲ ਘੁੰਗਰਾਲੀ ਰਾਜਪੂਤਾਂ ਦੀ ਜਾਂਦੇ ਰਹੇ ਅਤੇ ਉੱਥੋਂ ਤੁਸੀਂ ਲਗਾਤਾਰ ਜਿੱਤਦੇ ਰਹੇ ਅਤੇ ਨਾਲ ਇੱਕ ਪਿੰਡ ਈਸੜੂ ਪੈਂਦਾ ਸੀ ਉੱਥੇ ਜੀ, ਸ਼ਹੀਦ ਕਰਨੈਲ ਸਿੰਘ ਦੇ ਨਾਂ 'ਤੇ, 15 ਅਗਸਤ ਨੂੰ ਬਹੁਤ ਵੱਡਾ ਜੋੜ ਮੇਲਾ। ਪਰ ਅੱਜ ਤੱਕ ਵੀ ਮੇਰੇ ਕੋਲ ਟਿਫਨ ਸਾਂਭੇ ਪਏ ਨੇ ਜਿਹੜੇ ਜਿੱਤ ਕੇ ਲਿਆਉਂਦੇ ਹੁੰਦੇ ਸੀ। ਉਹ ਜਦੋਂ ਹੁਣ ਪ੍ਰੋਗਰਾਮਾਂ 'ਤੇ ਜਾਂਦੇ ਰੋਟੀ ਪਾ ਕੇ ਲੈ ਜਾਂਦੇ? ਮੈਨੂੰ ਲੱਗਦਾ ਮੈਂ ਬਿਲਕੁਲ ਲਿਜਾਨਾ, ਔਰ ਜਿਹੜੇ ਮੇਰੇ ਭਰਾ ਸੁਣਦੇ ਵੀ ਹੋਣਗੇ ਉਹਨਾਂ ਨੂੰ ਪਤਾ ਹੋਊ ਸ਼ਾਇਦ, ਅਤੇ ਮੈਂ ਉਹਨਾਂ ਗਰਾਊਂਡਾਂ ਵਿੱਚ ਔਰ ਐਂ ਦੁਪਹਿਰ ਤਪਦੀ ਵਿੱਚ ਅਸੀਂ ਖੇਡੇ ਹਾਂ ਅਤੇ ਜਿੰਨੇ ਵੀ ਮੇਰੇ ਖਿਡਾਰੀ ਵੀਰ ਅੱਜ ਵੀ ਖੇਡਦੇ ਨੇ ਉਹਨਾਂ ਨੂੰ ਵੀ ਮੇਰੇ ਹੱਥ ਬੰਨ ਕੇ ਬੇਨਤੀ ਹੈ ਕਿ ਸਪੋਰਟਸਮੈਨ ਸ਼ਿਪ ਦੀ ਭਾਵਨਾ ਲਿਆ ਕੇ ਖੇਡਿਆ ਕਰੋ ਨਾ ਕਿ ਇਨਾਮ ਨੂੰ ਦੇਖ ਕੇ। ਅੱਛਾ ਤੇ ਫਿਰ ਇੱਕ ਸਪੋਰਟਸ ਕੋਟੇ ਦੇ ਵਿੱਚੋਂ ਤੁਸੀਂ ਇਧਰ ਨੂੰ ਵਧੇ? ਬਿਲਕੁਲ ਜੀ ਬਿਲਕੁਲ, ਉਹ ਸਾਰਾ ਕੁਝ ਬੈਠੇ ਆ ਨਾ, ਰੱਜੀ ਨੇ ਵੀ ਸ਼ਾਇਦ ਇਸ ਕਰਕੇ ਗਿਰ ਲਿਆ ਵੀ ਚੱਲ ਆਪਾਂ ਵੀ ਮਾੜੀ ਮੋਟੀ ਸਪੋਰਟਸ ਕਰ ਲਿਆ ਕਰਾਂਗੇ। ਤੁਹਾਨੂੰ ਮੈਨੂੰ ਇਹ ਸੱਚੀ ਦੱਸਿਓ, ਇਹ ਚ ਲੋਕਲ ਪੇਟ ਆਪਾਂ ਕੋਈ ਨਹੀਂ ਰੱਖਣਾ, ਆਤਮਾ ਜੀ ਤੁਹਾਡੇ ਘਰ ਆਉਂਦੇ ਆ ਕਿ ਆਹ ਕੁੜੀ ਮੈਨੂੰ ਦੇ ਦਿਓ? ਹਾਂਜੀ। ਉਹਦੇ ਤੋਂ ਪਹਿਲਾਂ ਤੁਸੀਂ ਆਤਮਾ ਜੀ ਨੂੰ ਸੁਣਦੇ ਹੁੰਦੇ ਸੀ ਜਾਂ ਨਹੀਂ, ਤੁਹਾਨੂੰ ਇਹਨਾਂ ਬਾਰੇ ਪਤਾ ਸੀ ਜਾਂ ਨਹੀਂ? ਆਤਮਾ ਜੀ ਸਾਡੇ ਘਰੇ ਆਏ ਸੀ, ਕੋਈ ਨੌਨ ਸੀਗੇ ਤੇ ਉਹਨਾਂ ਦੇ ਥਰੂ ਸਾਡੇ ਘਰੇ ਆਏ ਸੀਗੇ ਤੇ ਪ੍ਰੋਗਰਾਮ ਸੀ ਆਈ ਥਿੰਕ 23 ਅਗਸਤ ਦਾ ਸੀ ਨਾ, ਚੇਤੇ ਆ ਅੱਜ ਮੇਰਾ 23 ਹੈ ਸ਼ਾਇਦ। ਉਦੋਂ ਤਾਂ ਮੈਨੂੰ ਲਗਦਾ ਸੀ ਕਿ ਨਹੀਂ, ਮੈਂ ਇਹਨਾਂ ਨੂੰ ਕਹਿਤਾ ਸੀ ਆਤਮਾ ਜੀ ਨੂੰ ਕਿ ਨਹੀਂ ਮੈਂ ਸਟੇਜ ਸ਼ੋਅ ਨਹੀਂ ਕਰਦੀ, ਤੋ ਬਟ ਫਿਰ ਆਪਣਾ ਵਿਜ਼ਿਟਿੰਗ ਕਾਰਡ ਦੇ ਕੇ ਕਹਿੰਦੇ ਸੋਚ ਲਿਓ ਅਗਰ ਤੁਹਾਡਾ ਮਨ ਬਣਿਆ ਦਿਓ। ਉਹ ਵਿਜ਼ਿਟਿੰਗ ਕਾਰਡ ਜੀ ਹੁਣ ਤੱਕ ਸਾਂਭਿਆ ਪਿਆ, ਮੈਂ ਕਈ ਵਾਰ ਇਹਦਾ ਪਰਸ ਫੋਲ ਲੈਂਦਾ ਉਹਨਾਂ, ਕਈ ਵਾਰ ਉਹ ਵਿਜ਼ਿਟਿੰਗ ਕਾਰਡ ਨਹੀਂ ਕਿਤੇ ਗੁੰਮ ਕਰਨ ਦਿੰਦੀ। ਪਰ ਗੱਲ ਇਹ ਆ ਵੀ ਪੈਨ ਨੂੰ ਸ਼ਾਹੀ ਦੀ ਲੋੜ ਹੁੰਦੀ ਹੈ, ਸ਼ਾਹੀ ਨੂੰ ਪੈਂਦੀ ਹੁੰਦੀ ਹੈ, ਜੇਕਰ ਦੋਨਾਂ ਦਾ ਤਫਾਕ ਬਣ ਜਾਵੇ ਅੱਜ ਇੱਕ ਜੋੜੀ ਦੇ ਤੌਰ 'ਤੇ ਤੁਹਾਡੇ ਨਿਮਾਣੇ ਜਿਹੇ ਸੇਵਾਦਾਰ ਬਣ ਕੇ ਆਤਮਾ 'ਤੇ ਅਮਰੋ ਜੀ ਬੈਠੇ। ਆਤਮਾ ਜੀ ਸੱਚੀ ਦੱਸਿਓ, ਜਦੋਂ ਉਹਨਾਂ ਨੇ ਕਹਿਤਾ ਸੀ ਸਟੇਜ ਸ਼ੋਅ ਨਹੀਂ ਕਰਨੇ, ਮੇਰਾ ਸਕੂਟਰ ਤਾਂ ਲੱਕੀ ਆ ਵੀ ਦੇਖੋ ਆਪਾਂ ਵਿਜ਼ਿਟਿੰਗ ਕਾਰਡ ਦੇ ਕੇ ਕਦੇ ਨਾ ਕਦੇ ਸਵਾਰੀ ਹੋ, ਜਿਵੇਂ ਉਹ ਨੀ ਪਹਿਲਾਂ LIC ਵਾਲੇ ਜਿਹੜੇ ਇੰਸ਼ੋਰੈਂਸ, ਬੜਾ ਲੋਕ ਭਜਾਉਂਦੇ ਤੂੰ ਸਾਨੂੰ ਮਰਿਆ ਹੀ ਦੇਖਦਾ ਯਾਰ, ਤੂੰ ਅਸੀਂ ਨੀ ਤੇਰੀ ਇੰਸ਼ੋਰੈਂਸ ਕਰਾਉਣੀ, ਹੁਣ ਲੋਕ ਮਗਰ ਫਿਰਦਾ ਤੁਰੇ ਤੇ ਮੈਂ ਵਿਜ਼ਿਟਿੰਗ ਕਾਰਡ ਦੇ ਕੇ ਮੈਂ ਹਜੇ ਇੰਸ਼ੋਰੈਂਸ ਕਰਾਉਣੀ ਆ, ਦੇਖ ਲਓ ਤੁਹਾਡੀ ਮਰਜ਼ੀ ਨਹੀਂ, ਫਿਰ ਮੈਂ ਚੱਲਿਆ। ਅੱਛਾ ਉਹ ਕਾਰਡ ਦੇ ਵਿੱਚ ਬਹੁਤ ਕੁਛ ਸੀਗਾ। ਅੱਛਾ ਜੀ। ਅਤੇ ਉਹ ਫਿਰ ਕਾਰਡ ਮੈਨੂੰ ਤੀਜੇ ਕੁ ਦਿਨ ਫੋਨ ਆਇਆ ਵੀ ਤੂੰ ਦੇਖ ਲੈਂਦੇ ਕੋਈ ਗੱਲ ਨਹੀਂ, ਅਤੇ ਬਾਬੇ ਦੀ ਕਿਰਪਾ ਨਾਲ ਅੱਜ ਵੀ ਮੈਂ ਪਹਿਲੀ ਗੱਲ ਤਾਂ ਮੈਂ ਧੰਨਵਾਦ ਬਹੁਤ ਕਰਦਾ ਵੀ ਕੁੜੀ ਸਬਰ ਵਾਲੀ ਬਹੁਤ ਆ, ਇਹਨੇ ਮੰਨ ਲਓ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਸੰਘਰਸ਼ ਕੀਤਾ ਜੀ। ਉਹ ਜਿਹੜਾ ਦਿਨ ਸੀ ਅੱਜ ਜੋ ਵੀ ਕੁਛ ਲੱਗਦਾ ਮੈਨੂੰ ਜੇ ਆਤਮਾ ਤੇ ਰੁਜੀ ਬਣੇ ਆ ਇਹ ਉਸ ਇਕੱਠ ਦੇ ਨਾਲ ਦੇ ਨਾਲ। ਤੁਸੀਂ ਇਹ ਦੱਸਿਓ ਕਿਉਂਕਿ ਉਹ ਤਾਂ ਤੁਹਾਨੂੰ ਜਾਣਦੇ ਸੀ, ਉਹ ਤਾਂ ਤੁਹਾਡਾ ਗੁਰਲੇਜ ਅਖਤਰ ਨਾਲ TV ਤੇ ਚੱਲਦਾ ਗੀਤ ਵੇਖ ਸੁਣ ਲੈਂਦੇ ਸੀ, ਹਾਂਜੀ, ਤੁਸੀਂ ਉਹਨਾਂ ਕੋਲ ਕਿਵੇਂ ਪਹੁੰਚੇ? ਦੇਖੋ ਜੀ ਗੱਲ ਇਹ ਆ ਵੀ ਭੌਰੇ ਨੂੰ ਤਾਂ ਜਾਣਾ ਹੀ ਪੈਂਦਾ ਜੀ ਫੁੱਲਾਂ ਕੋਲ ਜੀ, ਕਿਉਂਕਿ ਉਹਨੂੰ ਪਤਾ ਉਹਦੀ ਭਾਸ਼ਣਾ ਕੀ ਆ, ਪਰ ਮੈਂ ਉਸ ਦਾ ਹਿਸਾਬ ਨਾਲ ਹੀ ਗਿਆ। ਮੈਨੂੰ ਲੱਗਦਾ ਸੀ ਵੀ ਮੈਂ ਕਿਸੇ ਪਰਖ ਦੇ ਵਿੱਚ ਸੀਗਾ। ਅੱਛਾ। ਪਹਿਲਾਂ ਵੀ ਇਹਨਾਂ ਨੇ ਜ਼ਿਕਰ ਕੀਤਾ ਅਤੇ ਪਹਿਲਾਂ ਵੀ ਆਰਟਿਸਟ ਕੁੜੀਆਂ ਨੇ ਵਾਹਵਾ ਗਾਇਆ ਮੇਰੇ ਨਾਲ ਜੀ, ਅਤੇ ਉਹਦੇ ਵਿੱਚ ਇਹ ਸੀ ਜਦੋਂ ਇਹਨਾਂ ਨੇ ਸਾਡੀ ਮਿਲਣੀ ਹੋਈ ਤਾਂ ਉਹਨਾਂ ਗੱਲਾਂ ਵਿੱਚੋਂ ਇੱਕ ਦੋ ਚਾਰ ਚੀਜ਼ਾਂ ਝਲਕ ਰਹੀਆਂ ਸੀ ਬਈ, ਜਦੋਂ ਮੈਂ ਅੱਜ ਵੀ ਮੂੰਹ 'ਤੇ ਬੈਠੀ ਹਾਂ ਮੈਂ ਝੂਠ ਨਹੀਂ ਬੋਲਦਾ, ਮੈਂ ਹਾਂ ਜੀ ਕੋਈ ਗੀਤ ਸੁਣਾਓ। ਅੱਛਾ ਜੀ। ਝੂਠ ਤਾਂ ਬੋਲਦਾ, ਜਦੋਂ ਗੀਤ ਸੁਣਾਇਆ ਮੈਂ ਹਾਂ ਬਈ ਉਹ ਸਾਨੂੰ ਗੀਤ ਸੁਣ ਲੈਣ ਦੇ ਜੀ, ਆਉਣ ਦੇ ਜੀ ਜਿਹੜਾ ਸੁਣਾਇਆ ਸੀ ਇਹਨਾਂ ਨੂੰ। ਹਾਂਜੀ ਉਹ ਕੁਲਦੀਪ ਮਾਣਕ ਜੀ ਦਾ ਗੀਤ,
मैं चादर कट देनी उत्ते पावा वेला मैं चादर कट देनी उत्ते पावा वेला साडे पिंड दे टेसन ते ना रुक दिया रेला ओ मेरा धर्म बाबुल ने देसा दा राजा मैं कह के बाबुल नू हाय मैं कह के बाबल नू रे लारक वामा आ जड़ी आवाज मेरी सी मैं ता कड़ी है मैं मेरी पंगा लिया अच्छा इदू भी मोटी आवाज सी इना दी मैं कह फिर मैं मैडम भी कहने जान दे पहला पहला हुन तो मैं चलो रुजी कह देना मैं मैडम जी मैनु लगदा तू रियाज गलत कीता थोड़ा जा अच्छा की कहना गला इना पारा नहीं मैं क्योंकि मेनू ने उस गल नु मैनु मन्ने पर एक तू दसो उदों गला पारा सी ਰਿਕਾਰਡਡ ਗੀਤ ਕਿਹੜਾ ਸੀ ਸਾਡਾ ਪਹਿਲਾ ਗੀਤ ਸੀ ਰਿਕਾਰਡ ਉਹ ਚੋਰੀ ਵੀ ਹੋਇਆ ਸੀ ਹੋਇਆ ਸੀ ਨਾ ਹਾਂਜੀ ਸਨੀ ਦਿਓਲ ਦੇ ਵਾਂਗੂ ਨਹੀਂ ਮੈਂ ਗਦਰ ਮਚਾ ਦੂੰਗਾ ਆਉਣ ਦਿਓ ਜੀ ਫਿਰ ਸਾਡਾ ਜਿਹੜਾ ਪਹਿਲਾ ਸੌਂਗ ਸੀ ਟੀ ਸੀਰੀਜ਼ ਕੰਪਨੀ ਚੋਂ ਆਈ ਸੀ ਕੈਸਟ ਜੀ ਸੋ ਮੇਰੇ ਲਈ ਉਹ ਵੀ ਬਹੁਤ ਮਾਣ ਵਾਲੀ ਗੱਲ ਸੀ ਕਿ ਮੇਰੀ ਜਿਹੜੀ ਪਹਿਲੀ ਹੋਈ ਟਰੈਕ ਸੀਗਾ ਵੱਡੀ ਇੱਕ ਨਹੀਂ ਇੱਕ ਇੱਥੇ ਮੈਂ ਮਾਣ ਕਰਨਾ ਇਹਦੇ ਇਹਨਾਂ ਦੇ ਡੈਡੀ ਸਾਵਾ ਸਰਦਾਰ ਹਰਵੰਸ ਸਿੰਘ ਜੀ ਉਹ ਜਦੋਂ ਗੀਤ ਲਿਆ ਕੇ ਘਰ ਦੇ ਵਿੱਚ ਸੁਣਾਇਆ ਟੇਪ ਰਿਕਾਰਡ ਤੇ ਤਾਂ ਮੈਨੂੰ ਲੱਗਦਾ ਵੀ ਘਰ ਦਾ ਜਿਹੜਾ ਮੈਂ ਮਾਹੌਲ ਉਸ ਦਿਨ ਦੇਖਿਆ ਮੈਨੂੰ ਅੱਜ ਵੀ ਚੇਤੇ ਆ ਇੰਨੀ ਖੁਸ਼ੀ ਤੇ ਡੈਡੀ ਪਤਾ ਕੀ ਕਹਿੰਦਾ ਉਹ ਇਹ ਗੀਤ ਵੀ ਜਲਦੀ ਕੱਢ ਦਿਓ ਕਿਤੇ ਚੋਰੀ ਨਾ ਹੋ ਜਾਵੇ ਉਹ ਵੀ ਪਰ ਉਹਦੀ ਲੈਣ ਚੋਰੀ ਜ਼ਰੂਰ ਹੋਈ ਉਹ ਕਿਹਨੇ ਕਰ ਦਿੱਤਾ ਸੀ ਹੋਰ ਨਹੀਂ ਆਪਾਂ ਨੇ ਉਹ ਨਹੀਂ ਲੈਣਾ ਨਹੀਂ ਉਹ ਨਹੀਂ ਉਹ ਵਧੀਆ ਇਨਸਾਨਾਂ ਦਾ ਕੰਮ ਆ ਚੰਗੇ ਚੀਜ਼ਾਂ ਅੰਮ੍ਰਿਤਸਰ ਤੋਂ ਹੀ ਸੀਗੇ ਕੋਈ ਆਰਟਿਸਟ ਉਹਨਾਂ ਨੇ ਮੀਨਸ ਕਰ ਦਿੱਤਾ ਸੀ ਚਲੋ ਖੈਰ ਚੰਗੀ ਚੀਜ਼ਾਂ ਜੋ ਵੀ ਹੋ ਜਾਂਦੀਆਂ ਪਤਾ ਚੱਲ ਜਾਊਗਾ ਕਿਉਂਕਿ ਆਤਮਾ ਜੀ ਦੀ ਜਿਹੜੀ ਲਾਈਨ ਆ ਉਹਦੇ ਤੋਂ ਤੁਹਾਨੂੰ ਪਤਾ ਚੱਲ ਜਾਊਗਾ ਉਹ ਕਿੰਨਾ ਨੇ ਗਾਇਆ ਪਾਉਣ ਦਿਓ ਜੀ ਹਾਂਜੀ ਹੋ ਮਾਪੇ ਫਿਰਦੇ ਹਰ ਕੇ ਵੇ ਤਿੱਕੇ ਕਰਦੇ ਵਰਸ਼ੇ ਵੇ ਮਾਪੇ ਫਿਰਦੇ ਹਰ ਕੇ ਵੇ ਨਿਤ ਤਿੱਖੇ ਕਰਦੇ ਵਰਸ਼ੇ ਵੇ ਦੋ ਮਿੰਟ ਨੇ ਲੱਗਣੇ ਤੇਰੀਆਂ ਹੱਡੀਆਂ ਟੁੱਟਣ ਨੂੰ ਜਾਣ ਤੇਰੀ ਦਾ ਖਤਰਾ ਵੇ ਮਾਪੇ ਫਿਰਦੇ ਕੁੱਟਣ ਨੂੰ ਜਾਣ ਤੇਰੀ ਦਾ ਖਤਰਾ ਵੇ ਮਾਪੇ ਫਿਰਦੇ ਕੁੱਟਣ ਨੂੰ ਉਹ ਤੂੰ ਕਿਉਂ ਜਾਣ ਸਕਾਈ ਨੀ ਜੱਟ ਸਨੀ ਦਿਓਲ ਦਾ ਪਾਈ ਨੀ ਤੂੰ ਕਿਉਂ ਜਾਣ ਸਕਾਈ ਨੀ ਜੱਟ ਸਨੀ ਦਿਓਲ ਦਾ ਪਾਈ ਨੀ ਭੱਜਦਿਆਂ ਨੂੰ ਰਾਹ ਨੀ ਤਿਉਣੇ ਐਸਾ ਸਬਕ ਸਿਖਾ ਦੂੰਗਾ ਸਨੀ ਦਿਓਲ ਦੇ ਵਾਂਗੂ ਨੀ ਮੈਂ ਗਦਰ ਮਚਾ ਦੂੰਗਾ ਬਹੁਤ ਅੱਛੇ ਭਾਅ ਜੀ ਮੈਨੂੰ ਇਹ ਦੱਸਿਓ ਮੈਂ ਬਹੁਤ ਸਾਰੇ ਡਿਊਟ ਜੋੜੀਆਂ ਨੂੰ ਗਾਉਂਦਿਆਂ ਵੇਖਦਾ ਪੁਰਾਣੇ ਵੀ ਬਹੁਤ ਵੇਖਣ ਦਾ ਮੈਨੂੰ ਚਾਅ ਰਹਿੰਦਾ ਮੈਂ ਉਹਨਾਂ ਦੇ ਕਿਤੋਂ ਵੀਡੀਓ ਮਿਲੇ ਮੈਂ ਵੇਖਦਾ ਰਹਿੰਦਾ ਤੁਹਾਡੇ ਵੀ ਵੇਖਦਾ ਰਹਿੰਦਾ ਇੱਕ ਤੁਸੀਂ ਜਿਹੜਾ ਇੱਕ ਦੂਜੇ ਦੀ ਬਾਂਹ ਦੇ ਨੇੜੇ ਬਾਂਹ ਕਰਕੇ ਇੱਕ ਗੁਲਾਈ 'ਚ ਨੱਚਦੇ ਹੋ ਉਹ ਮੈਂ ਹੋਰ ਕਿਸੇ ਕਲਾਕਾਰ ਨੂੰ ਇੰਝ ਕਰਦੇ ਨਹੀਂ ਵੇਖਿਆ ਇਹ ਤੁਹਾਡੀ ਕਾਢ ਆ ਜਾਂ ਰੋਜੀ ਦੀ ਸੱਚੀ ਦੱਸਿਓ ਕਾਢ ਤਾਂ ਸਾਰੀ ਇਹ ਆ ਵੀ ਬੰਦੇ ਨੂੰ ਪਹਿਲਾਂ ਜੀ 5-7 ਸਟੈਮਿਨਾ ਜ਼ਰੂਰ ਰੱਖਣਾ ਚਾਹੀਦਾ ਕਈ ਵਾਰ ਬੰਦਾ ਨੱਚਦੇ ਨੂੰ ਸਾਹ ਵੀ ਚੜ੍ਹ ਸਕਦਾ ਇਸ ਕਰਕੇ ਅਸੀਂ ਵਿਚਾਰ ਨਾਲ ਵੀ ਨੱਚਦੇ ਹਾਂ ਪਰ ਹੁਣ ਸਾਡਾ ਸਟੈਮਿਨਾ ਹੋ ਗਿਆ ਸੋ ਉਹ ਸਟੈਪ ਕੀ ਨੇ ਤੁਹਾਡੇ ਸੁਝਾਅ ਸੀ ਜੇ ਦੇਖੋ ਜੀ ਨੱਚਣਾ ਕੰਮ ਹੁੰਦਾ ਤਾਂ ਵੈਸੇ ਕੁੜੀਆਂ ਦਾ ਮੈਨੂੰ ਤਾਂ ਨਾਲ ਇਹ ਕੰਮ ਲੋਟ ਆ ਗਿਆ ਮੇਰੀ ਗੱਲ ਉਹਨਾਂ ਨੂੰ ਦੱਸੋ ਨਾ ਕ੍ਰੈਡਿਟ ਤੇ ਦਿਓ ਨਾ ਨਹੀਂ ਇੱਕ ਮੈਨੂੰ ਇੱਕ ਵਹਿਮ ਦਵਿੰਦਰ ਵੀਰੇ ਮੈਨੂੰ ਵਹਿਮ ਬੜਾ ਪੈ ਗਿਆ ਹਾਂਜੀ ਕਹਿੰਦੇ ਜਿਹੜਾ ਕਲਾਕਾਰ ਗਿੱਧਾ ਨਹੀਂ ਪਾਉਂਦਾ ਉਹ ਚੱਲਦਾ ਨਹੀਂ ਇਹ ਗੱਲ ਪੱਕੀ ਆ ਅੱਛਾ ਇਹ ਚੱਲਣ ਵਾਸਤੇ ਕਲਾ ਹੁਣ ਮੈਂ ਕਲਾਕਾਰਾਂ ਦੇ ਨਾਮ ਨਹੀਂ ਲੈਂਦਾ ਤੁਸੀਂ ਆਪ ਜਾ ਕੇ ਵੀਡੀਓ ਦੇਖ ਲਿਓ ਜਿਹੜੇ ਕਲਾਕਾਰ ਨੇ ਆਏ 2-3 ਵਾਰ ਕਰਤਾ ਉਹੀ ਸੁਪਰ ਡੁਪਰ ਹਿੱਟ ਔਰ ਭਰਾਵਾਂ ਨੂੰ ਵੀ ਬੇਨਤੀ ਆ ਕਿ ਜੇ ਤੁਹਾਨੂੰ ਵੀ ਲੋੜ ਪਈ ਪਾ ਲਿਓ ਤੁਸੀਂ ਵੀ ਇਹ ਤਾਂ ਲਾ ਕੇ ਸਾਨੂੰ ਪਤਾ ਹੁਣ ਨਹੀਂ ਅਸੀਂ ਸਾਰੇ ਦੁਆ ਮੰਗਦੇ ਹਾਂ ਅੱਛਾ ਕਿ ਪਰਮਾਤਮਾ ਸਾਹਿਬ ਨੂੰ ਤਰੱਕੀਆਂ ਦੇਵੇ ਅੱਛਾ ਅਮਨ ਮੈਨੂੰ ਇਹ ਦੱਸਿਓ ਜਦੋਂ ਤੁਸੀਂ ਦੱਸਿਆ ਕਿ ਪਹਿਲੀ ਤੁਹਾਡੀ ਜਦੋਂ ਇਹਨਾਂ ਨਾਲ ਗੱਲ ਹੋਣ ਤੋਂ ਬਾਅਦ ਮੈਨੂੰ ਇੰਝ ਲੱਗ ਰਿਹਾ ਪਹਿਲੀ ਨਜ਼ਰੇ ਕਿ ਤੁਸੀਂ ਜਾਂ ਤਾਂ ਦੁਗਾਣੇ ਨਹੀਂ ਸੀ ਗਾਉਣੇ ਚਾਹੁੰਦੇ ਜੇ ਗਾਉਣੇ ਚਾਹੁੰਦੇ ਸੀ ਤਾਂ ਸਟੇਜਾਂ 'ਤੇ ਨਹੀਂ ਸੀ ਆਉਣਾ ਚਾਹੁੰਦੇ ਹਾਂਜੀ ਤੁਸੀਂ ਆਪਣੀ ਸਿਸਟਰ ਦਾ ਜ਼ਿਕਰ ਕੀਤਾ ਹਾਂਜੀ ਉਹ ਇਸ ਲਾਈਨ ਨਾਲ ਸੰਬੰਧਿਤ ਸਨ ਜਾਣੇ ਨਹੀਂ ਬਿਲਕੁਲ ਨਹੀਂ ਉਹ ਮੈਰਿਡ ਸੀਗੇ ਅੱਛਾ ਜੀ ਤੇ ਉਹ ਤਾਂ ਵੈਸੇ ਜਦੋਂ ਕੁੜੀਆਂ ਆਉਂਦੀਆਂ ਹੁੰਦੀਆਂ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਆਪਣੇ ਪੇਕੇ ਇੱਦਾਂ ਆਈ ਹੋਈ ਸੀ ਉਹ ਸੋ ਮੈਂ ਸਿੱਖਦੀ ਹੁੰਦੀ ਸੀ ਅਤੇ ਬਸ ਉਹਦੇ ਉਹਨੇ ਕਿਹਾ ਕਹਿੰਦੀ ਅਗਰ ਤੈਨੂੰ ਸ਼ੌਂਕ ਆ ਜਾਂ ਤਾਂ ਇਹਨੂੰ ਚੰਗੀ ਤਰ੍ਹਾਂ ਕਰ ਕੰਮ ਨੂੰ ਅਦਰਵਾਈਜ਼ ਇਹ ਨਹੀਂ ਹੈਗਾ ਕਿ ਤੂੰ ਸਿੱਖ ਕੇ ਆ ਗਈ ਆ ਕਿਉਂਕਿ ਉਦੋਂ ਮੇਰਾ ਕੋਈ ਵੀ ਟਰੈਕ ਜਿਹੜਾ ਮੈਂ ਪ੍ਰੋਫੈਸ਼ਨਲ ਤੌਰ 'ਤੇ ਇਸ ਲਾਈਨ 'ਚ ਆਈ ਹਾਂ ਆਤਮਾ ਜੀ ਦੇ ਨਾਲ ਹੀ ਆਈ ਹਾਂ ਅੱਛਾ ਜੀ ਮੈਂ ਕੋਈ ਇੰਨੇ ਜ਼ਿਆਦਾ ਵੀ ਸਟੇਜ ਸ਼ੋਅ ਕਰਦੀ ਨਹੀਂ ਹੁੰਦੀ ਸੀ ਪਹਿਲਾਂ ਬਿਲਕੁਲ ਵੀ ਇੱਕ ਹੋਰ ਮੈਂ ਦੱਸੋ ਜਿਵੇਂ ਦੁਨੀਆ 'ਚ ਮਸ਼ਹੂਰ ਆ ਗੱਲ ਹੁਣ ਆਤਮਾ ਬੁੱਢੇਵਾਲ ਤੋਂ ਹੈ ਬੁੱਢੇਵਾਲ ਦਾ ਨਾਮ ਮੈਨੂੰ ਲੱਗਦਾ ਦੁਨੀਆ 'ਚ ਜਾਂ ਤਾਂ ਖੰਡ ਮਿਲ ਕਰਕੇ ਹੋਇਆ ਜਾਂ ਫਿਰ ਆਤਮਾ ਸਿੰਘ ਕਰਕੇ ਹੋਇਆ ਥੈਂਕ ਯੂ ਜੀ ਤੁਸੀਂ ਕਿੱਥੇ ਨੂੰ ਬਿਲੋਂਗ ਕਰਦੇ ਹੋ ਮੈਂ ਲੁਧਿਆਣਾ ਖਾਸ ਵੈਸੇ ਮੇਰਾ ਜਿਹੜਾ ਜਨਮ ਹੈ ਉਹ ਤਾਂ ਫਿਰੋਜ਼ਪੁਰ ਦਾ ਹੈ
ਤੇ ਮੈਂ ਕਾਫੀ ਛੋਟੀ ਸੀਗੀ, 4 ਸਾਲ ਦੀ ਸੀ ਜਦੋਂ ਅਸੀਂ ਪੂਰੀ ਫੈਮਿਲੀ ਲੁਧਿਆਣੇ ਸ਼ਿਫਟ ਹੋ ਗਏ ਸੀ। ਘਰਦਿਆਂ ਵਿੱਚ ਹੋਰ ਵੀ ਕਿਸੇ ਸੀ ਜੀ ਗਾਇਕੀ ਵੱਲ ਰੁਝਾਨ ਜਾਂ ਨਹੀਂ? ਨਹੀਂ ਕੋਈ ਨਹੀਂ ਸੀ, ਲੇਕਿਨ ਹੁਣ ਮੇਰਾ ਛੋਟਾ ਬ੍ਰਦਰ ਹੈ ਅੱਛਾ ਜੀ ਓਂਕਾਰ ਭੁੱਲਰ, ਉਹਦੇ 2 ਟਰੈਕ ਆਏ ਆ। ਅੱਛਾ ਜੀ। ਉਸ ਤੋਂ ਪਹਿਲਾਂ ਸਾਡੀ ਜਾਣੀ ਆਪਾਂ ਖਾਨਦਾਨ ਹੀ ਕਹਿ ਸਕਦੇ, ਕੋਈ ਨਹੀਂ ਸੀ, ਮੈਂ ਹੀ ਆ। ਭਾਜੀ ਤੁਹਾਡੇ ਕਿਵੇਂ ਸੀ? ਨਹੀਂ ਮੇਰਾ ਹਿਸਾਬ ਤਾਂ ਮੈਂ ਹੀ ਪੰਗਾ ਲਿਆ ਜੀ ਆ ਕੇ। ਹੁਣ ਮੈਂ ਅਸਲੀਅਤ ਗੱਲ ਦੱਸਾਂ ਵੀ ਕਹਿੰਦਾ ਜਦੋਂ ਬੰਦਾ ਡੁੱਬਦਾ ਹੱਥ ਪੈਰ ਮਾਰਦਾ ਹੀ ਹੈ ਨਾ, ਪਰ ਮੈਂ ਇਹ ਰਿਸਕ ਬਹੁਤ ਵੱਡਾ ਲਿਆ। ਅੱਛਾ। ਔਰ ਸ਼ਾਇਦ ਤੁਸੀਂ ਵੀ ਸੁਣਿਆ ਹੋਣਾ ਕਿਸ ਤੋਂ, ਔਰ ਮੈਂ ਸੱਚਾਈ ਕਰਕੇ ਕਹਿੰਦਾ ਕਿ ਮੈਂ ਕਦੇ ਇਹ ਨਹੀਂ ਦੇਖਿਆ ਵੀ ਘਰ ਦੇ ਵਿੱਚ ਵੀ ਇਸ ਮਹੀਨੇ ਦਾ ਖਰਚਾ ਹੈਗਾ ਕਿ ਨਹੀਂ ਹੈਗਾ, ਪਰ ਮੈਂ ਦੂਰਦਰਸ਼ਨ 'ਤੇ ਲਿਸ਼ਕਾਰੇ 'ਤੇ ਜਾਣੀ ਮੈਂ 43,000 ਰੁਪਈਆ ਦੇ ਕੇ 2.5 ਮਿੰਟ ਦਾ ਗੀਤ ਇੱਕ ਵਾਰ ਲਵਾਇਆ ਸੀ। ਇੱਕੋ ਵਾਰ ਲੱਗਦਾ ਸੀ, ਪਰ ਉਹ ਜਿਸ ਦਿਨ ਗੀਤ ਲੱਗਿਆ ਸੀ ਉਸ ਦਿਨ ਸਾਡੇ ਪਿੰਡ ਬਿਜਲੀ ਭੱਜ ਗਈ। ਇਸ ਕਰਕੇ ਜਦੋਂ ਆਉਣਾ ਸੀ ਟੀਵੀ 'ਤੇ ਗੀਤ ਮੱਖਣਾ ਵੀ ਉਦੋਂ ਸਾਡੇ ਲਾਈਟ ਭੱਜ ਗਈ। ਮੈਂ ਇਹ ਗੱਲ ਕਹਿਣਾ ਉਹ ਟਾਈਮ ਦੇਖਿਆ ਮੈਂ ਵੀ 43,000 ਰੁਪਈਆ ਦੇ ਕੇ, ਔਰ ਨਾਲ ਲੱਗਦੀ ਤੁਹਾਨੂੰ ਇੱਕ ਹੋਰ ਸੱਚਾਈ ਦੱਸਦਾ, ਉਹ 43,000 ਰੁਪਈਆ ਮੈਂ ਦਿੱਤਾ ਕਿੱਥੋਂ ਸੀ? ਕਿੱਥੋਂ? ਮੈਂ ਮੱਝ ਵੇਚੀ ਸੀ। ਓਹੋ, ਪਰ ਉਹ ਕਿੱਥੇ ਉਹਦਾ ਦੂਸਰਾ ਇਹ ਵੀ ਪੱਖ ਸੀਗਾ ਕਿ ਦੁੱਧ ਪੀਂਦੇ, ਪਰ ਨਾ, ਪਰ ਮੈਨੂੰ ਇਹ ਲੱਗਿਆ ਵੀ ਸ਼ਾਇਦ ਯਾਰ ਮੱਝ ਦੀ ਸ਼ਾਇਦ 2 ਲੈ ਲਾਂਗੇ ਜੀ ਪਰਮਾਤਮਾ ਨੇ ਕਿਹਾ। ਲੈ ਹੋ ਗਈ ਸੀ? ਨਹੀਂ, ਅੱਜ ਵੀ ਮੈਂ ਸ਼ੌਕ ਆ ਮੈਨੂੰ, ਅੱਜ ਵੀ ਮਜ਼ਾ ਰਹਿੰਦਾ। ਨਹੀਂ ਉਹਨਾਂ ਦਾ ਬਿਲਕੁਲ ਉਹ ਟਾਈਮ ਲੱਗਿਆ। ਕਿੰਨਾ? ਇੱਕ ਅਸੀਂ ਗੀਤ ਗਾਇਆ ਸੀ ਆ ਦੋਨਾਂ ਨੇ, ਮਿਰਜ਼ਾ। ਅੱਛਾ ਜੀ। ਹੁਣ ਤੁਹਾਨੂੰ ਕਿੰਨੀਆਂ ਕੁ ਉਹਦੀਆਂ ਗੱਲਾਂ ਸੁਣਾਵਾਂ। ਮਿਰਜ਼ੇ ਨੇ ਸਾਨੂੰ ਦੁਬਾਰਾ ਇਹ ਦੱਸਤਾ ਵੀ ਤੁਸੀਂ ਯਾਰ ਉਹ ਮਿਰਜ਼ਾ ਵੇਖਿਆ, ਮੈਨੂੰ ਲੱਗਦਾ ਸ਼ਾਇਦ ਰੋਜ਼ੀ ਦੇ ਚਿੱਟੇ ਰੰਗ ਦੇ ਕੱਪੜੇ। ਵਾਹ ਵਾਹ ਵਾਹ, ਉਹ ਵੀ ਜੇ ਕਹਿਣਾ ਮੰਨ ਲਓ ਸੱਚਾਈ, ਇਹ ਵੀ ਉਹ ਵੀ ਅਸੀਂ ਰੈਂਟ 'ਤੇ ਲਏ ਸੀਗੇ। ਸੱਚੀ ਗੱਲ, ਅੱਜ ਵੀ ਸਾਂਭੇ ਪਏ ਨੇ, ਲੱਕੀ ਨੇ ਸਾਡੇ ਲਈ। ਮੈਨੂੰ ਆਹ ਗੱਲ ਨਹੀਂ ਸਮਝ ਆਈ, ਕੱਪੜੇ ਰੈਂਟ 'ਤੇ ਲਏ ਨੇ, ਅੱਜ ਵੀ ਸਾਂਭੇ ਪਏ ਨੇ। ਫਿਰ ਇੱਕ ਸੀ ਨਾ, ਕਈ ਚੀਜ਼ਾਂ ਲੱਕੀ ਹੁੰਦੀਆਂ ਨੇ, ਉਹਨੂੰ ਕਿਹਾ ਵੀ ਜਿਹਨੇ ਤੇਰੇ ਪੈਸੇ ਬਣਦੇ ਪੈਸੇ ਲੈ ਲਾ, ਇਹ ਅਸੀਂ ਵਰਦੀ ਵਾਪਸ ਨਹੀਂ ਕਰਨੀ। ਸਾਡੇ ਵਾਲੇ ਵੀ ਤੱਕ ਮਿਰਜ਼ਿਆ, ਮੋਢੇ ਤੋਂ ਸਿਰ ਚੱਕ ਮਿਰਜ਼ਿਆ, ਸਾਡੇ ਵੱਲ ਵੀ ਤੱਕ ਮਿਰਜ਼ਿਆ, ਸਾਡੇ ਵੱਲ ਵੀ ਹੂਆ ਕੇ ਵਿੱਚ ਹੰਕਾਰ ਦੇ, ਤੂੰ ਤਾਂ ਕਰਦਾ ਤੱਕਾਵੇ, ਆਸ਼ਿਕ ਨੂੰ ਨਹੀਂ ਨੀਂਦ ਪਿਆਰੀ ਹੁੰਦੀ ਜਟਾਵੇ, ਓਏ ਆਸ਼ਿਕ ਨੂੰ ਨਹੀਂ ਨੀਂਦ ਪਿਆਰੀ ਹੁੰਦੀ ਜਟਾਵੇ। ਅੱਛਾ, ਜਦੋਂ ਇਹ ਤੁਹਾਡਾ ਮਿਰਜ਼ਾ ਆ ਗਿਆ ਤੇ ਫਿਰ ਲੋਕਾਂ ਨੂੰ ਆਲੇ ਦੁਆਲੇ ਬੁੱਢੇਵਾਲ ਤੋਂ ਲੁਧਿਆਣੇ ਤੋਂ ਆਲੇ ਦੁਆਲੇ ਪੂਰੇ ਪੰਜਾਬ ਤੱਕ ਫੈਲ ਗਿਆ ਸੀ ਗੀਤ? ਨਹੀਂ, ਉਸ ਟਾਈਮ ਸਾਡੀ ਦੇਖੋ ਜਿਵੇਂ ਕਹਿੰਦੇ ਗਰੀਬ ਦੀ ਰੱਬ ਹੀ ਸੁਣਦਾ। ਇੱਕ ਸਾਡੇ ਚੈਨਲ ਚੱਲਿਆ ਨਵਾਂ ਤੜਕਾ ਚੈਨਲ, ਉਹ ਕਹਿੰਦੇ ਜੀ ਵੀ ਜਿਹੜੇ ਮਰਜ਼ੀ ਗੀਤ ਭੇਜੀ ਜਾਓ ਅਸੀਂ ਲਾਈ ਜਾਵਾਂਗੇ। ਅੱਛਾ। ਤੇ ਸਾਡਾ ਕੰਪਨੀ ਕਹਿੰਦੀ ਸੀ ਵੀ ਤੂੰ ਕਿੱਥੇ ਪੈਸੇ ਖਰਚਣੇ ਆ, ਉਹ ਐਸੀ ਕਿਰਪਾ ਮਾਲਕ ਦੀ ਹੋਈ ਗੁਰੂ ਨਾਨਕ ਸਾਹਿਬ ਦੀ, ਉਹਨਾਂ ਨੇ ਸਾਡਾ ਗੀਤ ਲਾ ਦਾ ਕਿਤੇ ਜਦੋਂ ਪਹਿਲੇ ਦਿਨ ਗੀਤ ਲਾਇਆ। ਇੱਕ ਨਹੀਂ ਗੱਲ ਆ ਨਾ, ਬਸ ਤੂੰ ਗੱਲ ਛੱਡ ਦਿਓ, ਲੋਕਾਂ ਪਸੰਦ ਕਰਨ ਲੱਗ ਗਏ, ਉਹ ਫਿਰ ਦੂਜੇ ਤੀਜੇ ਦਿਨ ਉਹ 3 ਵਾਰ ਲਾਉਣ ਲੱਗ ਗਏ, ਫਿਰ 4 ਵਾਰ, ਜਾਣੀ 6 ਵਾਰ ਤਾਂ ਦਿਨ ਦੇ ਵਿੱਚ ਗੀਤ ਮੈਂ ਸੁਣਿਆ। ਇੱਕ ਵਾਰੀ ਮੈਨੂੰ ਇਹ ਦੱਸਿਓ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਤੜਕੇ ਨੇ ਤੁਹਾਨੂੰ ਤੜਕਾ ਲਵਾ ਤਾ, ਕੰਮ ਚਲਾ ਤਾ, ਕੰਮ ਚੱਲਣ ਤੋਂ ਬਾਅਦ ਜਦੋਂ 4 ਪੈਸੇ ਇਨਸਾਨ ਨੂੰ ਬਣਨ ਲੱਗ ਜਾਂਦੇ ਨੇ, ਫਿਰ ਸੋਚਦੇ ਨੇ ਯਾਰ ਮਿਰਜ਼ਾ ਕੰਮ ਤਾਂ ਠੀਕ ਸੀ ਪਰ ਇਸ ਤੋਂ ਹੁਣ ਕੋਈ ਹੋਰ ਵਧੀਆ ਵੀਡੀਓ ਕਰੀਏ, ਵਧੀਆ ਮਿਊਜ਼ਿਕ ਕਰੀਏ, ਉਤਸ਼ਾਹ ਹੋਇਆ? ਨਹੀਂ, ਅਸੀਂ ਵੀਡੀਓ ਤਾਂ ਮੈਂ ਪੰਗਾ ਤਕਰੀਬਨ ਰੱਜੀ ਤੋਂ ਪਹਿਲਾਂ ਵੀ ਲੈ ਲਿਆ ਸੀ। ਅੱਛਾ। ਮੈਂ 98-99 ਚ ਨਾ ਇੱਕ ਬੜਾ ਪੰਗਾ ਲੈ ਲਿਆ, 1,15,000 ਰੁਪਏ ਮੈਂ ਵੀਡੀਓ ਤੋਂ ਖਰਚਾ ਉਹਨਾਂ ਵੇਲਿਆਂ 'ਚ, ਬਾਅਦ ਮੈਂ ਨਾ ਰਖਾਉਂਦਾ ਸੀ, ਪਰ ਉੱਥੇ ਗਲਤੀ ਕੀ ਹੋ ਗਈ? ਮੈਨੂੰ ਕਹਿੰਦੇ ਆਪਣੇ ਉਸਤਾਦ, ਚਲੋ ਉਹਨਾਂ ਸੁਰਗਾਂ 'ਚ ਵਾਸ ਹੋਵੇ, ਜਗਦੇਵ ਸਿੰਘ ਜੱਸਲ ਸਾਹਿਬ, ਕਹਿੰਦਾ ਆਤਮਾ ਯਾਰ ਤੈਨੂੰ ਬਹੁਤ ਚਿਰ ਹੋ ਗਈ ਐਵੇਂ ਗੱਭੇ ਜਾਣ ਲਟਕੀ ਜਾਂਦਾ, ਤੂੰ ਐਂ ਕਰ ਸ਼ਾਇਦ ਨਾਂ ਹੀ ਚੇਂਜ ਕਰਕੇ ਦੇ ਲੱਗਾ, ਤੇਰਾ ਫੁੜਿਆ ਲੱਗਾ ਨਾਂ ਆ। ਅੱਛਾ। ਮੇਰਾ ਨਾਂ ਰੱਖਦਾ ਆਤਮਪ੍ਰੀਤ, ਆਤਮਪ੍ਰੀਤ ਰੱਖਿਆ, ਚਲੋ ਉਹ ਵੀ ਕੰਮ ਚੱਲ ਗਿਆ, ਚਲੋ ਰਾਸ਼ੀ ਤਾਂ ਉਹੀ ਸੀ ਨਾ। ਜਦੋਂ ਵੀਡੀਓ ਕਰਨ ਲੱਗੇ, ਦਿਲ ਵਾਲੇ ਦੋਨੇ ਦਿਨ ਲੈ ਜਾਵਾਂਗੇ, ਆਪਣੇ ਮਨਮੋਹਨ ਜੀ ਉਹਨਾਂ ਦਾ ਕੈਮਰਾਮੈਨ ਸੀ, ਉਹਨਾਂ ਦਾ ਅਸਿਸਟੈਂਟ ਸੀਗਾ ਕੈਮਰਾਮੈਨ। ਅੱਛਾ ਜੀ। ਅਤੇ ਅਸੀਂ ਸਾਡੀ ਖੋਜ ਹੋਈ, ਅੱਛਾ, ਵੀ ਪੰਗਾ ਉਹਦੇ ਨਾਲ ਲੈਣਾ, ਕੋਈ ਗੱਲ ਨਹੀਂ, ਚਾਹੇ ਘਰ ਫੂਕਿਆ ਜਾਵੇ। ਅੱਛਾ ਜੀ। ਉਹ ਭਾਈ ਬੰਦਾ ਸੀ ਬੰਬੇ ਦਾ। ਅੱਛਾ। ਜਦੋਂ ਸਾਡੇ ਸ਼ੂਗਰ ਮਿਲ ਬੁੱਢਿਆਂ ਦੇ ਵਿੱਚ ਸ਼ੂਟਿੰਗ ਹੋਣ ਲੱਗੀ, ਉਹ ਮੈਨੂੰ ਕਹਿੰਦਾ ਭਾਜੀ ਇਸ ਤਰ੍ਹਾਂ ਕਰੋ, ਆਹ ਮੇਰੀਆਂ ਐਨਕਾਂ ਲਓ ਅਤੇ ਤੁਸੀਂ ਪੱਗ ਨਾ ਬੰਨੋ ਅਤੇ ਪਿੱਛੇ ਬਾਲ ਜੇ ਬੰਨ ਲਓ। ਭਾਜੀ ਉਹ ਤਜਰਬਾ ਇੰਨਾ ਮਹਿੰਗਾ ਪਿਆ, ਮੈਂ ਗੱਲ ਛੱਡ ਦਿਓ, ਮੇਰੀ ਉਹ ਭੂਤ ਨਹੀਂ ਭੁੱਲੀ। ਅਤੇ ਉਹ 2 ਸਾਲ ਮੈਨੂੰ ਪਤਾ ਮੈਂ ਜੇ ਮਿਲਗਾ, ਇਹ ਉਹ ਕਿਵੇਂ ਦੱਸੀ, ਉਹ ਕਹਿੰਦਾ ਵੀ
ਬੰਦੇ ਕਹਿੰਦੇ ਬੰਦਾ ਹੈ ਨਹੀਂ ਉਹ, ਕਹਿੰਦੇ ਬੰਦਾ ਉਹ ਨਹੀਂ, ਮੈਂ ਤਾਂ ਉਹ ਕਹਿੰਦੇ ਵੀ ਇਹ ਤਾਂ ਆਤਮਾ ਦਾ ਪੱਗ ਬੰਨਦਾ ਸੀ ਵੀ ਆ, ਜਿਹੜੇ ਮਗਰ ਚੂੰਡੀ 'ਚ ਕੀਤੀ ਆਤਮਾ ਹੀ ਨਹੀਂ, ਪਰ ਐਸਾ ਬੰਬੇ ਵਾਲਾ ਪੰਗਾ ਲਿਆ ਮੈਂ ਤਾਂ ਹੀ ਹੁਣ ਬੰਬੇ ਦਾ ਨਾਂ ਵੀ ਕੱਟ ਲੈਣਾ ਡਰਦਾ ਬਹੁਤ। ਹੁਣ ਜਦੋਂ ਮੈਨੂੰ ਪਤਾ ਹੈ ਕਿ ਬੈਕ ਟੂ ਬੈਕ ਤੁਹਾਡਾ ਹਿੱਟ ਹੋਣ ਲੱਗਿਆ, ਲੋਕ ਚਾਹੁਣ ਲੱਗੇ, ਮੁੱਦਤ ਤੋਂ ਬਾਅਦ ਕੋਈ ਵਧੀਆ ਦੁਗਾਣਾ ਜੋੜੀ ਆਉਂਦੀ ਹੈ, ਤੁਸੀਂ ਕਦੇ ਕਦੇ ਲੋਕ ਇਹ ਵੀ ਕਹਿੰਦੇ ਨੇ ਕਿ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਹੋਰਾਂ ਦਾ ਸਟਾਈਲ ਅਡੋਪਟ ਕਰਨ ਦੀ ਕੋਸ਼ਿਸ਼ ਕਰਦੇ ਨੇ ਜਾਂ ਕੀਤਾ, ਤੁਹਾਨੂੰ ਲੱਗਦਾ ਕਿ ਤੁਸੀਂ ਨੇੜ ਤੇੜ ਗੱਲ ਕਰ? ਮੈਨੂੰ ਇਹ ਲੱਗਦਾ ਵੀ ਜੇ ਉਹਨਾਂ ਦੇ ਨਾਲ ਨੌ ਲੈ ਕੇ ਵੀ ਆ ਕੇ ਸਾਨੂੰ ਗਾਲਾਂ ਵੀ ਕੱਢਦੇ ਸਨ ਤਾਂ ਵੀ ਸਾਨੂੰ ਘਿਓ ਦੀਆਂ ਲਾਲਾਂ ਨੇ, ਹੈ ਨਾ, ਕਿਉਂਕਿ ਉਹ ਐਡੇ ਵੱਡੇ ਵਧੀਆ ਕਲਾਕਾਰ ਬਹੁਤ ਸਦੀਆਂ ਬਾਅਦ ਪੈਦਾ ਹੁੰਦੇ ਨੇ। ਪਰ ਮੈਨੂੰ ਇਸ ਗੱਲ ਦਾ ਮਾਣ, ਮੈਂ ਮਾਣ ਮਹਿਸੂਸ ਕਰਦਾ ਰੱਜੀ ਉਸ ਮੱਲੋ ਕਲੋਨੀ 'ਚ ਰਹਿੰਦੀ ਆ ਬਾਬੂ ਅਮਰ ਸਿੰਘ ਚਮਕੀਲਾ ਜੀ ਦੇ, ਮਾਤਾ ਅਮਰਜੋਤ ਜੀ ਦੇ, ਉੱਥੋਂ ਹਾਕ ਮਾਰੀ ਸੁਣਦੀ ਆ, ਅਤੇ ਮੈਂ ਉਹਨਾਂ ਦੀ ਸਟੇਜ 'ਤੇ ਮੈਨੂੰ ਮਾਤਾ ਅਮਰਜੋਤ ਨੇ ਮਤਲਬ ਬੁੱਕਲ 'ਚ ਲੈ ਕੇ ਗਵਾਇਆ ਅਤੇ ਬਾਪੂ ਚਮਕੀਲਾ ਜੀ ਨੇ ਪੇਟੀ ਵਜਾਈ ਆ, ਉਹ ਸ਼ਾਇਦ ਲੱਗਦਾ ਵੀ ਉਹੀ ਦਿਨ ਮੇਰੇ ਲਈ। ਉਹ ਕਿਹੜੇ ਕਿਹੜੇ ਪਿੰਡ ਦੀ ਗੱਲ ਹੈ? ਉਹ ਮੇਰੇ ਪਿੰਡ ਬੁੱਢਿਆਂ ਦੀ ਗੱਲ ਆ। ਉਦੋਂ ਤਾਂ ਛੋਟੀ ਵਰੇਸ ਸੁਣੀ ਜੀ ਤੁਹਾਡੀ? ਨਹੀਂ ਵਰੇਸ ਤਾਂ ਮੈਂ ਹਾਈ ਸਕੂਲ 'ਚ ਪੜ੍ਹਦਾ, ਮੈਂ ਮੰਨ ਲਓ ਮੇਰੇ ਗੀਤ ਲਿਖੇ ਆਉਣ ਲੱਗ ਗਏ ਜਦ ਮੈਨੂੰ ਇਹ ਥੋੜ੍ਹਾ ਸੀ। ਹਾਂ, ਮੇਰੇ ਮੈਂ ਅੱਠਵੀਂ 'ਚ ਪੜ੍ਹਦਾ ਜਦੋਂ ਮੇਰੇ ਗੀਤ ਆ ਗਿਆ ਚੰਬੀ 'ਚੋਂ। ਕਿਹੜਾ ਗੀਤ ਸੀ? ਬਰਕਤ ਸਿੱਧੂ ਸਾਹਿਬ ਨੇ ਗਾਏ ਸੀ। ਕੀ ਬਾਤ ਹੈ, ਬਰਕਤ ਸਿੱਧੂ ਸਾਹਿਬ, ਉਹਨਾਂ ਨੂੰ ਸਲਾਮ ਉਹਨਾਂ ਨੂੰ, ਬਰਕਤ ਸਿੱਧੂ ਜਮੀਲਾ ਬਾਨੂੰ ਐਚਐਮਬੀ 'ਚੋਂ ਆਏ ਸੀ, ਅਤੇ ਇਸ ਕਰਕੇ ਮੈਨੂੰ ਮਾਣ ਆ ਵੀ ਅੱਜ ਸ਼ਾਇਦ ਉਹਨਾਂ ਉਸਤਾਦਾਂ ਦਾ ਆਸ਼ੀਰਵਾਦ ਨੇ ਭੱਜਿਆ ਫਿਰ। ਕਦੇ ਇਹ ਹੋਇਆ ਤੁਹਾਨੂੰ ਕਿ ਆਤਮਾ ਜੀ ਜਿਹੜੇ ਗੀਤ ਮੇਰੇ ਤੋਂ ਗਵਾਉਂਦੇ ਨੇ ਜਾਂ ਅਸੀਂ ਗਾਉਂਦੇ ਹਾਂ ਇਹਨਾਂ ਨਾਲ ਸਾਨੂੰ ਥੋੜ੍ਹਾ ਸਟੈਂਡਰਡ ਮਾਡਰਨ ਕਰਨਾ ਚਾਹੀਦਾ, ਅਪ ਕਰਨਾ ਚਾਹੀਦਾ, ਕਦੇ ਇਸ ਗੱਲ ਨੂੰ ਲੈ ਕੇ ਗੱਲਬਾਤ ਤੁਹਾਡੇ ਆਪਸ 'ਚ ਤਕਰਾਰ ਹੋਇਆ ਜਾਂ ਲੱਗਦਾ ਕਿ ਨਹੀਂ ਇਹੀ ਆਪਾਂ ਆਪਣੇ ਵਾਸਤੇ ਚੰਗੇ ਨੇ? ਨਹੀਂ, ਬਿਲਕੁਲ ਨਹੀਂ ਹੋਇਆ ਕਦੇ ਵੀ। ਲੇਕਿਨ ਹਾਂ, ਸਾਨੂੰ ਮੈਂ ਅਕਸਰ ਗੱਲ ਕਰਦੀ ਹੁੰਦੀ ਹਾਂ ਜੋ ਅੱਜ ਕੱਲ੍ਹ ਦੀ ਗਾਇਕੀ ਚੱਲ ਰਹੀ ਹੈ, ਪਰ ਇਹਦੇ ਵਿੱਚ ਮੈਂ ਦੇਖਦੀ ਹਾਂ ਕਿ ਲੋਕ ਬਲੇਮ ਕਲਾਕਾਰ ਨੂੰ ਹੀ ਕਰ ਜਾਂਦੇ ਹਨ, ਲੇਕਿਨ ਮੈਂ ਕਹੂੰਗੀ ਕਿ ਇਹਦੇ ਵਿੱਚ ਕਲਾਕਾਰ ਦਾ ਕਸੂਰ ਨਹੀਂ ਹੈ, ਕਿਉਂਕਿ ਲਿਖਣ ਵਾਲੇ ਨੇ ਲਿਖਤਾ, ਗਾਉਣ ਵਾਲੇ ਨੇ ਗਾਤਾ, ਤੀਜੀ ਧੀਰ ਹੈ ਤੁਸੀਂ, ਕਿਉਂਕਿ ਤੁਹਾਡੀ ਕਚਹਿਰੀ 'ਚ ਗਾਣਾ ਆਉਂਦਾ, ਜਿਹੜੀ ਚੀਜ਼ ਨੂੰ ਤੁਸੀਂ ਪਸੰਦ ਕਰਦੇ ਹੋ, ਜਿਹੜੀ ਚੀਜ਼ ਜਿਹਨੂੰ ਤੁਸੀਂ ਵੱਧ ਰਿਸਪੋਂਸ ਦਿੰਦੇ ਹੋ ਉਹੀ ਚੀਜ਼ ਚੱਲ ਰਹੀ ਹੈ। ਦੁਕਾਨਦਾਰ? ਹਾਂਜੀ, ਬਿਲਕੁਲ। ਹਾਂਜੀ, ਇੱਕ ਬੰਦੇ ਨੇ ਤਾਂ ਆਪਣੀ ਸੋਚ ਪੇਸ਼ ਕੀਤੀ ਹੈ, ਅੱਗੇ ਤੁਸੀਂ ਉਹਦੀ ਸੋਚ ਨੂੰ ਕਿੰਨਾ ਅੱਗੇ ਤੱਕ ਲੈ ਕੇ ਜਾਣਾ, ਉਹ ਤਾਂ ਆਡੀਅੰਸ ਹੈ। ਇੱਦਾਂ ਹੀ ਮੇਰੇ ਕਜ਼ਨ ਸੀ, ਅਤੇ ਗਾਣਾ ਆਇਆ ਸੀ ਇੱਕ ਬਹੁਤ, ਕੋਈ ਇੱਦਾਂ ਦਾ, ਮੈਂ ਉਹਦਾ ਨਾਮ ਨਹੀਂ ਲਵਾਂਗੀ ਹੁਣ, ਅਤੇ ਕਹਿੰਦੇ ਤੁਸੀਂ ਇੱਦਾਂ ਦੇ ਗਾਣੇ ਕਿਉਂ ਨਹੀਂ ਕਰਦੇ, ਆਹ ਦੇਖੋ ਰਾਤੋਂ ਰਾਤ ਸਟਾਰ ਬਣ ਗਿਆ, ਤੁਹਾਡੇ ਗਾਣੇ ਬੜੇ ਫੈਮਿਲੀ ਵਾਲੇ ਹੁੰਦੇ ਆ। ਮੈਨੂੰ ਇਸ ਚੀਜ਼ 'ਤੇ ਕਦੀ ਨਹੀਂ ਉਹ ਹੋਇਆ ਕਿ ਸਾਡੇ ਗਾਣੇ ਫੈਮਿਲੀ ਵਾਲੇ ਆ ਜਾਂ ਲੋਕ ਅੱਜ ਸਾਰੇ ਲਾਈਕ ਕਰਦੇ, ਲੇਕਿਨ ਸਾਨੂੰ ਇਹ ਗਾਣੇ ਆਪਣੀ ਪਹੁੰਚਾਉਣ ਲਈ ਸਾਨੂੰ ਸੰਘਰਸ਼ ਬਹੁਤ ਕਰਨਾ ਪਿਆ, ਬਹੁਤ ਟਾਈਮ ਲੱਗਣਾ ਪਿਆ। ਉਹਦੇ ਨਾਲ ਹੀ ਸਾਨੂੰ ਚੈਨਲਸ 'ਤੇ ਦੇਣ ਲਈ ਵੀ, ਉਹਦੇ ਵਿੱਚ ਵੀ ਬਹੁਤ ਦੇਖਦੇ ਨੇ, ਥੋੜ੍ਹਾ ਵੀਡੀਓ ਇੰਨਾ ਹਾਈ ਫਾਈ ਹੋਣਾ ਚਾਹੀਦਾ ਆ, ਥੋੜ੍ਹੇ ਮਾਡਰਨ ਟੱਚ ਦੇ, ਤੁਹਾਡੇ ਉਹਦੇ ਵੈਸਟਰਨ ਡਰੈਸ, ਹਾਂਜੀ ਵੈਸਟਰਨ ਡਰੈਸਿਸ ਹੋਣੀ ਚਾਹੀਦੀਆਂ। ਲੇਕਿਨ ਪਤਾ ਨਹੀਂ ਕਿਉਂ ਅੱਜ ਦੇ ਟਾਈਮ 'ਚ ਇੱਦਾਂ ਦਾ ਸਾਰਾ ਦੌਰ ਚੱਲ ਗਿਆ ਹੋਇਆ, ਲੇਕਿਨ ਜਿਉਂਦਾ ਵੱਸਦਾ ਰਹੇ ਸਾਡਾ ਦੂਰਦਰਸ਼ਨ ਜਿਹਨੇ ਸਾਨੂੰ ਇੱਥੋਂ ਤੱਕ ਪਹੁੰਚਾ ਤਾ, ਕਿਉਂਕਿ ਤੁਸੀਂ ਮੋਸਟਲੀ ਸਾਡੇ ਦੂਰਦਰਸ਼ਨ 'ਤੇ ਗਾਣੇ ਬਹੁਤ ਜ਼ਿਆਦਾ ਆਉਂਦੇ ਆ। ਲੇਕਿਨ ਅੱਜ ਖੁਸ਼ੀ ਹੁੰਦੀ ਆ ਜਦੋਂ ਵੀ ਕੋਈ ਮੇਰੀਆਂ ਭੈਣਾਂ ਮਿਲਦੀਆਂ, ਅਸੀਂ ਮੈਂ ਲੇਕਿਨ ਹੁਣ ਇਹ ਗੱਲ ਕਹਿ ਸਕਦੀ ਹਾਂ ਕਿ ਸਾਨੂੰ ਤਿੰਨੋਂ ਪੀੜ੍ਹੀਆਂ ਲਾਈਕ ਕਰਦੀਆਂ। ਰੋਜ਼ੀ, ਅਗਲਾ ਸਵਾਲ ਵੀ ਤੁਹਾਡੇ ਵਿਹੜੇ ਨੂੰ, ਤੁਹਾਡੇ ਪਾਲੇ 'ਚ ਨੂੰ ਸੁੱਟਣ ਲੱਗਾ। ਹਾਂਜੀ, ਆਮ ਤੌਰ 'ਤੇ ਮੈਂ ਵੇਖਿਆ ਦੁਨੀਆਂ ਦਮੋਹੀ ਆ। ਹਾਂਜੀ, ਦੁਨੀਆਂ ਕਈ ਵਾਰੀ ਖੜੱਪੇ ਸੱਪ ਵਰਗੀ ਵੀ ਹੈ, ਪੈਰ ਪੈਰ 'ਤੇ ਬਚਣਾ ਪੈਂਦਾ। ਜਦੋਂ ਕੋਈ ਦੁਗਾਣਾ ਜੋੜੀ, ਮੈਂ ਇਤਿਹਾਸ ਦੀ ਗੱਲ ਕਰਦਾ, ਬੀਤੇ ਸਮੇਂ ਦੀ ਗੱਲ ਕਰਦਾ, ਜਦੋਂ ਜਦੋਂ ਵੀ ਕੋਈ ਹਿੱਟ ਹੁੰਦੀ ਰਹੀ ਹੈ ਉਹਨੂੰ ਪਾਲਣ ਵਾਲੇ, ਦੁਫੇੜ ਕਰਨ ਵਾਲੇ ਬਹੁਤ ਜੰਮ ਪੈਂਦੇ। ਹਾਂਜੀ, ਉਹ ਤੁਹਾਨੂੰ ਕਹਿਣਗੇ ਵੀ ਰੋਜ਼ੀ ਜੇ ਤੂੰ ਨਾ ਹੋਵੇਂ ਤਾਂ ਆਤਮਾ ਕੱਖ ਦਾ, ਆਤਮੇ ਨੂੰ ਹੋ ਸਕਦਾ ਕਹਿੰਦੇ ਹੁਣ ਜਦ ਤੂੰ ਰੋਜ਼ੀ ਨਾਲੋਂ ਕੋਈ ਹੋਰ ਕੁੜੀ ਲੱਭ। ਇਹਨਾਂ ਉਹੀ ਛੱਡ ਦਿੱਤੀ ਰੋਜ਼ੀ ਕਈ ਵਾਰੀ, ਕਿਉਂਕਿ ਮੈਨੂੰ ਪਤਾ ਹੈ ਜਿਹੜੀ ਵੀ ਕੋਈ ਚੰਗੀ ਲੜਕੀ, ਆਵਾਜ਼ ਚੰਗੀ ਹੋਵੇ, ਅੰਦਾਜ਼ ਚੰਗਾ ਹੋਵੇ, ਨਖਰਾ ਹੋਵੇ, ਸਾਰਾ ਕੁਝ ਤੁਹਾਡੇ 'ਚ ਹੈਗਾ, ਆਲ ਇਨ ਵਨ ਆਪਾਂ ਕਹਿ ਸਕਦੇ ਹਾਂ। ਸੋ ਕਦੇ ਇਸ ਤਰ੍ਹਾਂ ਦੀਆਂ ਕੰਨਾਂ 'ਚ ਆਵਾਜ਼ਾਂ ਪਈਆਂ ਨੇ? ਸੱਚ ਦੱਸਿਓ, ਕਹਿੰਦੇ ਬਹੁਤ ਹੁੰਦੇ ਆ, ਲੇਕਿਨ ਸ਼ੁਰੂ ਤੋਂ ਮੇਰੀ ਤੇ ਆਤਮਾ ਜੀ ਦੀ ਇਹ, ਅਸੀਂ ਪਰਮਾਤਮਾ ਦਾ ਆਸ਼ੀਰਵਾਦ ਵੀ ਕਹਿ ਸਕਦੇ ਹਾਂ ਕਿ ਸ਼ੁਰੂ ਤੋਂ ਸਾਡੀ ਦੋਨਾਂ ਦੀ ਇਹ ਗੱਲ ਰਹੀ, ਅਗਰ ਕਿਸੇ ਨੇ ਸਾਡੇ ਨਾਲ ਕੋਈ ਗੱਲ ਕੀਤੀ ਵੀ ਹੈ ਨਾ, ਤੇ ਅਸੀਂ ਆਪਸ 'ਚ ਦੋਨਾਂ ਨੇ ਸ਼ੇਅਰ ਜ਼ਰੂਰ ਕੀਤੀ ਹੈ। ਵੈਰੀ ਨਾਈਸ, ਕਿਉਂਕਿ ਮੈਂ ਅਕਸਰ ਪਹਿਲਾਂ ਕਹਿ ਕੇ ਗਈ ਹਾਂ ਕਿ ਮੈਂ ਇੱਕ ਨਾ ਚੀਜ਼ ਸੀ, ਮੈਨੂੰ ਕੁਛ ਵੀ ਨਹੀਂ ਸੀ, ਜਿੱਦਾਂ ਆਤਮਾ ਜੀ ਨੇ ਦੱਸਿਆ ਮੈਨੂੰ, ਮੈਂ ਸਿੱਖਦੀ ਸੀ ਸਟੇਜ 'ਤੇ ਕਿੱਦਾਂ ਖੜ੍ਹਨਾ, ਕਿੱਦਾਂ ਕਿਸੇ ਦੁਨੀਆ ਦਾਰੀ 'ਚ ਵਿਚਰਨਾ, ਮੈਨੂੰ ਇੱਥੋਂ ਤੱਕ ਪਹੁੰਚਾਉਣ ਵਾਲੇ ਆਤਮਾ ਜੀ ਹੈ, ਮੇਰੀ ਤਾਂ ਕਦੀ ਪੰਜੀ ਵੀ ਨਹੀਂ ਲੱਗੀ। ਅੱਛਾ ਜੀ, ਪੰਜੀ ਵੀ ਨਹੀਂ ਲੱਗੀ, ਪੈਸੇ ਦੀ ਗੱਲ ਹੀ ਮੈਂ ਇੱਥੇ ਜੋ ਵੀ ਇੱਥੋਂ ਤੱਕ ਆਤਮਾ ਜੀ ਨੇ ਬਹੁਤ ਸਟਰਗਲ ਕੀਤਾ ਆ, ਇੱਕ ਮੈਂ ਇੱਥੋਂ ਤੱਕ ਜਿੰਨਾ ਵੀ ਅੱਜ ਤੱਕ ਪੈਸਾ ਲੱਗਿਆ ਸਾਡੇ 'ਤੇ, ਕਦੀ ਕਿਸੇ ਕੰਪਨੀ ਨੇ ਪੈਸਾ ਨਹੀਂ ਲਾਇਆ, ਕਿਉਂਕਿ ਮੈਨੂੰ ਉਹ ਵੀ ਟਾਈਮ ਚੇਤੇ ਆ ਜਦੋਂ 7 ਲੱਖ ਰੁਪਈਆ ਅਸੀਂ ਕੰਪਨੀ ਨੂੰ ਦਿੱਤਾ ਸੀ, 7 ਲੱਖ ਰੁਪਈਆ ਲੈ ਕੇ ਵੀ ਉਹਨੇ ਸਾਡੀ 15 ਕਦੀ ਨਾੜ ਚਲਾ ਕੇ ਕਹਿਤਾ ਸੀ ਨਹੀਂ, ਔਰ ਜਿਹੜੀ ਕਮਿਟਮੈਂਟ ਉਹਦੇ 'ਤੇ ਨਹੀਂ ਉਤਰੀ ਸੀ, ਅਤੇ ਉਦੋਂ ਮੈਂ ਦੇਖਦੀ ਹੁੰਦੀ ਸੀ।
ਸੋ ਅੱਜ ਨਹੀਂ ਮੈਂ ਕੋਈ ਨਹੀਂ ਪ੍ਰੂਫ ਦੇਣ ਲੱਗਿਆ ਇਹ ਮੇਰੀ ਮੇਰੀ ਇਜਾਜ਼ਤ ਨਹੀਂ ਦਊਗੀ ਕਿ ਇੰਨਾ ਸੀ ਅੱਜ ਸਟਰਗਲ ਕਰਕੇ ਇੱਥੋਂ ਤੱਕ ਪਹੁੰਚੇ ਉਸ ਟਾਈਮ ਮੇਰੇ ਕੋਲ ਸੋਨਾ ਸੀਗਾ ਸਾਰਾ 4-5 ਇੱਕ ਤੋਲੇ ਅੱਛਾ ਜੀ ਰੇਟ ਵੀ ਮੈਨੂੰ ਵੀਦਾ 3,350 ਸੀ ਸਾਰਾ ਜਿਹੜਾ ਜੋ ਵੀ ਉਹ ਪਰਚੀ ਮੇਰੇ ਕੋਲ ਅੱਜ ਤੱਕ ਸਾਂਭੀ ਪਈ ਆ ਅਤੇ ਉਸ ਤੋਂ ਬਾਅਦ ਮੈਂ ਸੋਨਾ ਪਾਉਣਾ ਹੀ ਛੱਡਤਾ ਅੱਛਾ ਕਿਉਂਕਿ ਉਹ ਦੁਬਾਰਾ ਮੁੜ ਕੇ ਸੋਨਾ ਬਣਨਾ ਨਹੀਂ ਸੀ ਉਹ ਭਾਈ ਸਨਿਆਰੇ ਕੋ ਗਏ ਪਤਾ ਨਹੀਂ ਕਿੰਨੇ ਕੁ ਰੁਪਏ ਦਿੱਤੇ ਪਰ ਉਹ ਜਿਹਾ 7 ਲੱਖ ਰੁਪਇਆ ਹੀ ਦਿੱਤਾ ਅਤੇ ਉਨੀ ਮੇਰੀ ਤਨਖਾਹ ਨਹੀਂ ਹੁੰਦੀ ਜਿੰਨਾ ਮੈਨੂੰ ਵਿਆਜ ਦੇਣਾ ਪੈਂਦਾ ਸੀ ਪਰ ਅੱਜ ਭਰਾਓ ਤੁਸੀਂ ਮੈਨੂੰ ਨਾ ਇੰਨੇ ਕੁ ਯੋਗਾ ਕਰਤਾ ਕਿ ਮੈਂ ਬਿਲਕੁਲ ਤੁਹਾਡੇ ਕੰਮ ਆ ਸਕਦਾ ਤਨਖਾਹ ਕਾਹਦੀ ਕਰਨੀ ਜੀ ਤਨਖਾਹ ਜੀ ਮੈਂ ਸ਼ੁਗਰ ਮਿਲ ਬੁੱਢੇ ਰਾਜ ਇੱਕ ਛੋਟਾ ਜਿਹਾ ਮਾਮੂਲੀ ਜਿਹਾ ਅੱਛਾ ਤਾਂ ਕੰਮ ਕਲਾਈ ਆ ਅਤੇ ਗਾਰਮੈਂਟ ਜੋਬ ਜਿੰਨੇ ਮੇਰੇ ਜ਼ਿਮੀਦਾਰ ਭਰਾ ਸਾਡੇ ਉੱਥੇ ਜਾਂਦੇ ਆ ਗੰਨਾ ਲੈ ਕੇ ਮੈਨੂੰ ਉਹਨਾਂ 'ਤੇ ਵੀ ਮਾਣਾ ਇੱਥੇ ਮੈਨੂੰ ਆ ਕੇ ਦੱਸਦੇ ਵੀ ਤੁਹਾਡੇ ਸ਼ੂਗਰ ਮਿਲ 'ਚ ਗੰਨਾ ਲੈ ਕੇ ਜਾਂਦੇ ਰਹੇ ਆ ਤੁਸੀਂ ਤਾਂ ਉੱਥੇ ਮਿਲਦੇ ਜਿਹੜੀ ਤੁਸੀਂ ਚੀਨੀ ਪੀਂਦੇ ਹੋ ਸ਼ਾਇਦ ਸਾਡੀ ਸ਼ੂਗਰ ਮਿਲ 'ਚੋਂ ਆਉਂਦੀ ਆ ਅੱਛਾ ਜੀ ਡਿਸਕਾਊਂਟ ਦਿਆ ਕਰੋ ਯਾਰ ਡਿਸਕਾਊਂਟ ਜੀ ਮੈਂ ਤਾਂ ਮਾੜਾ ਜਿਹਾ ਹੁਕਮ ਕਰਿਓ ਮੈਂ ਤਾਂ ਤੁਹਾਡੇ ਘਰੇ ਬੋਰੀ ਛੱਡਿਓ ਵੈਰੀ ਨਾਈਸ ਅੱਛਾ ਹੁਣ ਜਦੋਂ ਤੁਸੀਂ ਦੱਸ ਰਹੇ ਹੋ ਕਿ ਕੰਪੈਟਮੈਂਟ ਆ ਤੁਹਾਡੀ ਅੰਡਰਸਟੈਂਡਿੰਗ ਹੈ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਲੈਂਦੇ ਹੋ ਪਰ ਕਸਰ ਲੋਕ ਛੱਡਦੇ ਤਾਂ ਨਹੀਂ ਨਹੀਂ ਛੱਡਦੇ ਨਹੀਂ ਛੱਡਦੇ ਨਹੀਂ ਮੈਂ ਹੁਣ ਉਹ ਗੱਲ ਉੱਥੇ ਮੈਂ ਨਾ ਇਹ ਮੈਂ ਅਕਸਰ ਸਟੇਜ 'ਤੇ ਅਸੀਂ ਜਾਂਦੇ ਹਾਂ ਨਾ ਮੈਨੂੰ ਇੱਕ ਮੇਰੀ ਆਦਤ ਆ ਮੈਂ ਮੂੰਹ 'ਤੇ ਕਹਿ ਦਿੰਦੀ ਜੀ ਮੈਥੋਂ ਕਹਿ ਹੋ ਜਾਂਦਾ ਹਰ ਕਿਸੇ ਦਾ ਆਪਣਾ ਆਪਣਾ ਸੁਭਾਅ ਹੁੰਦਾ ਲੇਕਿਨ ਮੈਂ ਬਹੁਤ ਆਡੀਅੰਸ ਦੇਖੀ ਆ ਭਾਜੀ ਜੋੜੀਆਂ ਟੁੱਟਣ ਦੇ ਜੇ ਲੋਕ ਕਹਿੰਦੇ ਨਾ ਕਿ ਬਣਾਉਣ ਵਾਲੇ ਵੀ ਆਡੀਅੰਸ ਆ ਕਲਾਕਾਰ ਨੂੰ ਲੇਕਿਨ ਉਹਨਾਂ ਨੂੰ ਥੋੜ੍ਹਾ ਚਾਹੀਦਾ ਮੈਂ ਬਹੁਤ ਦੇਖਿਆ ਕੁੜੀ ਨੂੰ ਕੁਛ ਜ਼ਿਆਦਾ ਹੀ ਐਵੇਂ ਤੂੰ ਕੁੜੀ ਐਂ ਕਰਤਾ ਕੁੜੀ ਚਾਹੇ ਡਰਨੇ ਡਰਨੇ ਦੇ ਉੱਪਰ ਸੂਟ ਪਾ ਕੇ ਵੀ ਖਿਲਾ ਰਿਹਾ ਹੋਵੇ ਨਾ ਕਹਿਣਗੇ ਆਹ ਡਰਨਾ ਇਸੇ ਕਰਕੇ ਤੁਹਾਨੂੰ ਸਵਾਲ ਕੀਤਾ ਨਾ ਜੀ ਮੈਂ ਇੱਕ ਵਾਰ ਕਹਿ ਦਿੱਤਾ ਮੈਂ ਕਿਹਾ ਤੁਸੀਂ ਇੱਦਾਂ ਕਿਉਂ ਕਰਦੇ ਹੋ ਜੋੜੀ ਆ ਜੋੜੀ ਦੋਨਾਂ ਨੂੰ ਕਰੋ ਜਾਣ ਕੇ ਆਦਤ ਹੁੰਦੀ ਆ ਕਦੀ ਨਾ ਕਿਸੇ ਨਾ ਕਿਸੇ ਕਿਉਂਕਿ ਚਲਦੀ ਗੱਡੀ 'ਚ ਲੋਕ ਸਵਾਰਤ ਹੁੰਦੇ ਨੇ ਪਰ ਕਹਿੰਦੇ ਨੇ ਕਿ ਇਹਨੂੰ ਪੈਂਚਰ ਕਰੀਏ ਬਿਲਕੁਲ ਲੇਕਿਨ ਜਦੋਂ ਜੋੜੀ ਟੁੱਟ ਜਾਂਦੀ ਆ ਫਿਰ ਕੋਈ ਨਹੀਂ ਪੁੱਛਦਾ ਉਦੋਂ ਕੋਈ ਨਹੀਂ ਪੁੱਛਦਾ ਤੁਹਾਡੇ ਸਾਹਮਣੇ ਬਹੁਤ ਜੋੜੀਆਂ ਦੀ ਮਿਸਾਲ ਆ ਅੱਜ ਉਹ ਕਿੱਥੇ ਨੇ ਕਿਤੇ ਵੀ ਨਹੀਂ ਨਾ ਤਾਂ ਮੇਰੀ ਭੈਣ ਕੋਈ ਆਪਣੇ ਚੱਲੀ ਆ ਨਾ ਤਾਂ ਕੋਈ ਜਿਹੜੇ ਭਾਜੀ ਹੋਣੀ ਹੋਣਗੇ ਉਹ ਇੱਕ ਨਾ ਮੈਂ ਸਾਡੇ ਤੇ ਮੋਹਰ ਲੱਗੀ ਆ ਤਾਂ ਖਾਸ ਕਰ ਮੇਰੇ ਤੇ ਵੱਧ ਲੱਗੀ ਆ ਵੀ ਯਾਰ ਆਤਮਾ ਅੜਬ ਬਹੁਤ ਆ ਸੱਚੀ ਗੱਲ ਮੈਂ ਅੜਬ ਕਹਾ ਲਿਆ ਮੈਂ ਅੱਜ ਤੱਕ ਮੈਂ ਤੋਂ ਅਕਸਰ ਗੱਲ ਕਰਦਾ ਵੀ ਅੱਜ ਤੱਕ ਮੈਂ ਮੀਟ ਸ਼ਰਾਬ ਆਂਡਾ ਕਦੇ ਟੇਸਟ ਨਹੀਂ ਦੇਖਿਆ ਜੇ ਸਹੀ ਪੁੱਛੋ ਵੀ ਮੈਂ ਕਦੇ ਕਤੂਰੇ ਦੇ ਵੀ ਸੋਟੀ ਨਹੀਂ ਮਾਰੀ ਕੁੱਤੇ ਦੇ ਜਾਣੀ ਦਰਵੇਸ਼ ਦੇ ਅੱਛਾ ਕਤੂ ਉਹਦਾ ਕਹਿਣ ਦਾ ਮਤਲਬ ਇਹ ਆ ਕੁੱਤੇ ਤੋਂ ਪਤਾ ਡਰਦਾ ਹੁੰਦਾ ਕਿ ਵੱਡੇ ਨਾ ਪੂਰਾ ਫੜਨਾ ਨਹੀਂ ਉਹ ਮੇਰਾ ਕਹਿਣ ਦਾ ਮਤਲਬ ਇਹ ਆ ਅੱਜ ਮੈਂ ਰੋਜੀ ਨੂੰ ਪਹਿਲੀ ਵਾਰ ਉਹ ਗੱਲ ਕਲੀਅਰ ਕਰਨ ਲੱਗਿਆ ਕਰੋ ਜੀ ਤੁਹਾਡੇ ਜ਼ਰੀਏ ਜੀ ਵੀ ਮੈਨੂੰ ਲੋਕਾਂ ਨੇ ਬੜਾ ਕਿਹਾ ਤਕਰੀਬਨ 12-13 ਸਾਲ ਆਤਮਾ ਉਹ ਛੱਡ ਯਾਰ ਉਹ ਤਾਂ ਬੰਦਾ ਯਾਰ ਉਹ ਕਾਰਨ ਕੀ ਸੀ ਇੱਥੇ ਤੱਕ ਨਵਾਉਣ ਦਾ ਜੇਕਰ ਅਸੀਂ ਉਸ ਟਾਈਮ ਘੋਲਣ ਮਿਲਣ ਲੱਗ ਜਾਂਦੇ ਲੋਕਾਂ ਨਾਲ ਕਿਉਂਕਿ ਜਿਹੜਾ ਬੰਦਾ ਤਾਂ ਕੇਰਾ ਮਾੜਾ ਜਿਹਾ ਪਾਣੀ ਦਾ ਗਲਾਸ ਪੀਣ ਲੱਗੇ ਨਾਲੇ ਦਵਾਈ ਆ ਜਾਂਦੀ ਆ ਲਾ ਤੂੰ ਕੁੜੀਏ ਕੀ ਗੱਲ ਕਰਦੀਆਂ ਇਹ ਤਾਂ ਉਹਦਾ ਹੀ ਕੁਛ ਨਹੀਂ ਤੂੰ ਹੀ ਆ ਸਭ ਕੁਛ ਉਹ ਜਿਹੜੀ ਦਵਾਈ ਹੁੰਦੀ ਆ ਕਿਤੇ ਨਾ ਕਿਤੇ ਅਸਰ ਜ਼ਰੂਰ ਕਰ ਜਾਂਦੀ ਨਹੀਂ ਇੱਕ ਮੈਂ ਸਾਡੀ ਆ ਹੋਰ ਵੀ ਇੰਟਰਵਿਊ 'ਚ ਗੱਲ ਹੋਈ ਆ ਸੋ ਆਤਮਾ ਜੀ ਨੂੰ ਵੀ ਪਤਾ ਕਹਿੰਦੇ ਸੀ ਰੋਜ਼ੀ ਨੂੰ ਆਉਂਦਾ ਨਹੀਂ ਗਾਣਾ ਐਜ਼ ਏ ਮਾਡਲ ਆ ਸਕਦੀ ਆ ਇਹਦੀ ਆਵਾਜ਼ ਨਹੀਂ ਵਧੀਆ ਜਾਂ ਕਿੱਦਾਂ ਤੇ ਉਦੋਂ ਸਾਡੇ ਭੈਣ ਜੀ ਮਿਸ ਪੂਜਾ ਜੀ ਦਾ ਬਹੁਤ ਦੌਰ ਸੀ ਅੱਜ ਵੀ ਹੈ ਲੇਕਿਨ ਇੱਕੋ ਜਿਹੜਾ ਦੌਰ ਸੀ ਦੁਗਾਣਿਆਂ ਵਿੱਚ ਹਾਂ ਦੁਗਾਣਿਆਂ ਵਿੱਚ ਦੁਗਾਣਿਆਂ ਦਾ ਉਹਨਾਂ ਨੇ ਬਹੁਤ ਮੀਨਸ ਇੱਕ ਕਮਾਲ ਕੀਤੀ ਆ ਵੀ ਅਗਰ ਤੂੰ ਚੱਲਣਾ ਆ ਤਾਂ 7 ਲੱਖ ਰੁਪਇਆ ਵੀ ਦਿੱਤਾ ਹੋਇਆ ਸੀ ਆਖਰੀ ਮੰਜ਼ਿਲ ਤੋਂ ਪਹਿਲਾਂ ਇੱਕ ਮੈਂ ਤਜਰਬਾ ਜ਼ਿੰਦਗੀ ਦਾ ਦੱਸਣ ਲੱਗਿਆ ਜੀ ਜੇ ਮੇਰੀ ਜਿੰਨੀ ਤਾਰੀਫ ਕੀਤੀ ਮੈਂ ਇੰਨੇ ਜੋਗਾ ਹੈ ਨੀ ਮੈਂ ਜੋਗਾ ਜਿਹਦੇ ਨਾਲ ਅਸੀਂ ਦੋਨੇ ਇੱਕੋ ਹੀ ਆ ਤੇ ਕਿਸੇ ਇੱਕ ਨਾ ਮੇਰੇ ਤੋਂ ਪਹਿਲਾਂ ਕਿਸੇ ਕੰਪਨੀ ਕੋਲ ਚਲੀ ਗਈ ਅੱਜ ਵੀ ਕੰਪਨੀ ਜੀਵਤ ਆ ਅੱਛਾ ਜੀ ਜਿਉਂਦੀ ਵੱਸਦੀ ਰਹੇ ਪਰਮਾਤਮਾ ਨੂੰ ਚੜ੍ਹਾਈਆਂ 'ਚ ਰੱਖੇ ਕਿਸੇ ਗਾਹਾਂ ਸਿਫਾਰਸ਼ ਹੀ ਨਹੀਂ ਹੁੰਦਾ ਚੱਲ ਵੀ ਤੇਰੀ ਕੁੜੀ ਤੇਰੀ ਆਵਾਜ਼ ਸੁਣਾਈ ਕੰਪਨੀ ਨੂੰ ਅਤੇ ਕੰਪਨੀ ਵਾਲਾ ਕਹਿੰਦਾ ਵੀ ਕੁੜੀ ਤੇਰੀ ਆਵਾਜ਼ ਰਿਕਾਰਡ ਕਰਨ ਵਾਲੀ ਨਹੀਂ ਹੈਗੀ ਅੱਛਾ ਅਤੇ ਕੋਈ ਸਮਾਂ ਪਿਆ 12-13 ਸਾਲਾਂ ਬਾਅਦ ਲੁਧਿਆਣੇ ਜਵਾਨ ਨਗਰ ਕੈਂਪ ਦੇ ਵਿੱਚ ਅਸੀਂ ਮਿਲ ਗਏ ਆਤਮਾ ਸਿੰਘ ਤੇਰੀ ਚੜ੍ਹਾਈ ਫੋਲਾ ਅੱਛਾ ਜੀ ਮੈਂ ਕਿਹਾ ਜੀ ਮੇਰੀ ਚੜ੍ਹਾਈ ਨਹੀਂ ਉਸੇ ਕੁੜੀ ਨਾਲ ਚੜ੍ਹਾਈ ਆ ਜਿਹੜੇ ਤੁਸੀਂ ਇਹ ਕਿਹਾ ਸੀ ਵੀ ਤੇਰੀ ਆਵਾਜ਼ ਨਹੀਂ ਵਧੀਆ ਸੋ ਇਸ ਕਰਕੇ ਮੇਰੇ 'ਤੇ ਵੀ ਕਈ ਚੁਣੌਤੀਆਂ ਸੀਗੀਆਂ ਪਰ ਉਸ ਪਰਮਾਤਮਾ ਨੇ ਆਇਆ ਪਰਮਾਤਮਾ ਨੇ ਮੇਰਾ ਸਾਥ ਦਿੱਤਾ ਔਰ ਮਾਲਕ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਮੈਂ ਆਪਣੇ ਰੱਬ ਵਰਗੇ ਸਰੋਤਿਆਂ ਦਾ ਵੀ ਧੰਨਵਾਦ ਕਰਦਾ ਹੁਣ ਆਉਣਾ ਜੀ ਕੁਝ ਰੈਪਿਡ ਫਾਇਰ ਫਰਾਟੇਦਾਰ ਸਵਾਲ ਆਉਣ ਦਿਓ ਸਭ ਤੋਂ ਪਹਿਲਾਂ ਲੇਡੀਜ਼ ਫਸਟ ਵਾਲੀ ਗੱਲ ਅਮਨ ਰੋਜ਼ੀ ਕੋਲ ਚੱਲਾਂਗੇ ਅਮਨ ਤੁਸੀਂ ਬਹੁਤ ਸਾਰੇ ਗੀਤ ਹੁਣ ਤੱਕ ਗਾ ਲਏ ਆ ਤੁਹਾਡਾ ਅੱਜ ਤੱਕ ਦਾ ਆਪਣੇ ਗਾਏ ਗੀਤਾਂ ਵਿੱਚੋਂ ਕੋਈ ਇੱਕ ਸੁਣਾਉਣਾ ਪੈ ਜੇ ਅੱਜ ਕਿਹੜਾ ਸੁਣਾਓਗੇ ਮੈਨੂੰ ਬਹੁਤ ਪਸੰਦ ਹੈ ਜੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਓਏ ਮਹਦਿਆ ਸੂਰ ਮਿਆ ਵੇ ਵੱਡਾ ਬਣਨਾ ਹੰਕਾਰੀ ਤੂੰ ਓ ਮੇਰੇ ਮੂਰੇ ਚੁੱਕ
ਨਹੀਂ ਤੂੰ ਤਾਂ ਦੁਨੀਆ ਡਰਾਈ ਹੋਈ ਐ ਦੇਸ਼ ਨੂੰ ਆਜ਼ਾਦ ਕਰਨਾ ਆਜ਼ਾਦ ਕਰਨਾ ਨਹੀਂ ਜਿੰਦ ਤਲੀ ਤੇ ਟਿਕਾਈ ਹੋਈ ਐ ਇਹ ਤਾਂ ਅਮਨ ਰੋਜ਼ੀ ਨੂੰ ਸਭ ਤੋਂ ਦੁਗਾਣਾ ਪਸੰਦ ਸੀ ਹਾਂਜੀ ਤੁਹਾਡੇ ਕੋਲ ਵੀ ਇੱਕੋ ਹੀ ਗੀਤ ਪਰਫਾਰਮ ਕਰਨ ਦਾ ਟਾਈਮ ਹੋਵੇ ਤੁਸੀਂ ਕਿਹੜੇ ਗੀਤ ਨੂੰ ਪ੍ਰੈਫਰੈਂਸ ਦਿਓ ਮੈਂ ਤਾਂ ਕਹੂੰ ਜੀ ਉਹ ਤੂੰ ਪਰਦੇਸੀ ਨੀ ਜਾ ਕੇ ਬਹਿ ਗਈ ਤੂੰ ਪਰਦੇਸੀ ਜਾ ਕੇ ਬਹਿ ਗਈ ਚੱਲਿਆ ਨਾ ਕੋਈ ਹੀਲਾ ਕੀ ਜ਼ੋਰ ਗਰੀਬਾਂ ਦਾ ਕਹਿ ਗਿਆ ਸੱਚ ਚਮਕੀਲਾ ਕੀ ਜ਼ੋਰ ਗਰੀਬਾਂ ਦਾ ਉਹ ਜਿਵੇਂ ਤੈਨੂੰ ਦਿਲ ਵਿੱਚ ਰੱਖਿਆ ਹੋ ਅੱਜ ਵੀ ਤੈਨੂੰ ਦਿਲ ਵਿੱਚ ਰੱਖਿਆ ਰੱਖਿਆ ਜਾਣ ਤੋਂ ਪਿਆਰ ਕੇ ਵਿਛੜੇ ਕਾਲਜ ਦੇ ਮਿਲੇ ਸਬਬ ਯਾਰਾ ਵੇ ਵਿਛੜੇ ਕਾਲਜ ਦੇ ਬਹੁਤ ਅੱਛੇ ਹੁਣ ਗੱਲ ਇਹ ਹੋਵੇ ਕਿ ਕਿਸੇ ਇੱਕ ਦੁਗਾਣਾ ਜੋੜੀ ਨੂੰ ਸੁਣਨਾ ਹੋਵੇ ਹਾਂਜੀ ਸਿਰਫ 5 ਮਿੰਟ ਦਾ ਟਾਈਮ ਹੋਵੇ ਕਿਹੜੀ ਦੁਗਾਣਾ ਜੋੜੀ ਪਿਕ ਕਰੋਗੇ ਤੁਸੀਂ ਸੁਣਨ ਵਾਸਤੇ ਮੁਹੰਮਦ ਸਦੀਕ ਜੀ ਤੇ ਸੁਖਜੀਤ ਕੌਰ ਨਾਲ ਜਾਂ ਰਣਜੀਤ ਕੌਰ ਜੀ ਜੋ ਉਹ ਵੀ ਵਧੀਆ ਨੇ ਲੇਕਿਨ ਜੋ ਪੁਰਾਣੇ ਅੱਜ ਵੀ ਉਹਨਾਂ ਦੀ ਸਾਨੂੰ ਸਟੇਜ ਤੇ ਵੀ ਕਈ ਵਾਰੀ ਫਰਮਾਇਸ਼ ਆ ਜਾਂਦੀ ਹੈ ਸੋ ਭਾਜੀ ਤੁਸੀਂ ਬਾਪੂ ਅਮਰ ਸਿੰਘ ਚਮਕੀਲਾ ਔਰ ਮਾਤਾ ਅਮਰਜੋਤ ਅਮਰਜੋਤ ਅੱਛਾ ਜੇ ਤੁਹਾਨੂੰ ਉਹਨਾਂ ਦਾ ਕੋਈ ਗੀਤ ਸੁਣਨਾ ਪਵੇ ਉਹ 5 ਮਿੰਟਾਂ 'ਚ ਕਿਹੜਾ ਸੁਣੋਗੇ ਹੋਣ ਨਹਿਰੀਆਂ ਜਾਣ ਨਹਿਰੀਆਂ ਹੋਣ ਨਹਿਰੀਆਂ ਜਾਣ ਨਹਿਰੀਆਂ ਚੱਲੋ ਸੱਥ ਦੇ ਵਿਚਾਲੇ ਗੱਲਾਂ ਹੋਣ ਤੇਰੀਆਂ ਸੱਥ ਦੇ ਵਿਚਾਲੇ ਗੱਲਾਂ ਹੋਣ ਤੇਰੀਆਂ ਹੋਣ ਨਹਿਰੀਆਂ ਜਾਣ ਨਹਿਰੀਆਂ ਹੋਣ ਨਹਿਰੀਆਂ ਜਾਣ ਨਹਿਰੀਆਂ ਬਿੱਲੋ ਬੋਤਲਾਂ ਯਰਾਵਦੀਆਂ ਅੱਖਾਂ ਦੇ ਅੱਛਾ ਤੁਸੀਂ ਚਮਕੀਲਾ ਸਾਹਿਬ ਤੇ ਅਮਰਜੋਤ ਦੀ ਗੱਲ ਕੀਤੀ ਸੀ ਹਾਂਜੀ ਤੁਸੀਂ ਕਿਹੜਾ ਗੀਤ ਸੁਣੋਗੇ ਉਹਨਾਂ ਦਾ ਮੈਂ ਤਾਂ ਉਹੀ ਗਾਉਂਗਾ ਜੀ ਕਿਹੜਾ ਜੀ ਹਾਏ ਦੋ ਦਿਲ ਤਾਂ ਜੁੜ ਗਏ ਨੀ ਸੋਹਣੀਏ ਨਾ ਜੁੜੀਆਂ ਤਕਦੀਰਾਂ ਲੱਖਾਂ ਰਾਂਝੇ ਤੁਰ ਗਏ ਨੀ ਇੱਥੇ ਰਹਿਣ ਬਿਲਕਦੀਆਂ ਹੀਰਾਂ ਸੋਹਣੇ ਬਖਸ਼ਣ ਹਾਰੀਏ ਨੀ ਹਸੋਂ ਤੇਰਾ ਟੈਗੀ ਟੇਰੀ ਜਦੋਂ ਪਹਿਲੀ ਲਾਮ ਪੜੀ ਨੀ ਭੁੱਬ ਨਿਕਲ ਗਈ ਮੇਰੀ ਹਾਏ ਵਿਆਹ ਕਰਵਾ ਕੇ ਹਾਏ ਨੀ ਭੁੱਬ ਨਿਕਲ ਗਈ ਮੇਰੀ ਹਾਏ ਵਿਆਹ ਕਰਵਾ ਕੇ ਵੇ ਹਾਏ ਨੀ ਭੁੱਬ ਨਿਕਲ ਗਈ ਮੇਰੀ ਬਹੁਤ ਅੱਛੇ ਰੋਜ਼ੀ ਖੂਬਸੂਰਤ ਚੜ੍ਹਦੀ ਵਰੇਸ ਹੈ ਫਿਲਮਾਂ ਦਾ ਯੁੱਗ ਹੈ ਸੁਨਹਿਰੀ ਯੁੱਗ ਚੱਲ ਰਿਹਾ ਮੈਂ ਕਹਾਂ ਕਦੇ ਕਿਸੇ ਫਿਲਮ ਵਾਲੇ ਨੇ ਦਰਵਾਜ਼ੇ 'ਤੇ ਦਸਤਕ ਦਿੱਤੀ ਕਿ ਰੋਜ਼ੀ ਨਹੀਂ ਮੈਂ ਆਪਣੇ ਇਸ ਕੈਰੀਅਰ 'ਚ ਬਹੁਤ ਖੁਸ਼ ਹਾਂ ਅੱਛਾ ਕਿਉਂਕਿ ਹਾਲੇ ਬਹੁਤ ਕੁਛ ਕਰਨਾ ਹੈ ਅੱਛਾ ਕਿਉਂਕਿ ਬਹੁਤ ਮਸਾਂ ਕਿਤੇ ਟਾਈਮ ਆਇਆ ਕਿਉਂਕਿ ਸਾਡੇ ਗਾਣੇ ਪਰਿਵਾਰਿਕ ਹੁੰਦੇ ਆ ਸੋ ਅੱਜ ਕੱਲ੍ਹ ਦਾ ਜਿੱਦਾਂ ਦੌਰ ਵੀ ਚੱਲਿਆ ਹੋਇਆ ਸੋ ਸਾਡੀ ਮੇਲ ਤੇ ਆਤਮਾ ਜੀ ਦੀ ਇਹੀ ਕੋਸ਼ਿਸ਼ ਹੈ ਕਿ ਇੱਕ ਪਰਿਵਾਰਿਕ ਗੀਤਾਂ ਦਾ ਦੌਰ ਲੈ ਕੇ ਆਈਏ ਜਿਹੜੀਆਂ ਸਾਡੇ ਸਮਾਜ 'ਚ ਬੁਰਾਈਆਂ ਨੇ ਜੋ ਸਾਡੇ ਸਮਾਜ 'ਚ ਅੱਜ ਕੱਲ੍ਹ ਵਿਚਰਦਾ ਹੈ ਉਹਨਾਂ ਨੂੰ ਅਸੀਂ ਆਪਣੇ ਗੀਤਾਂ ਦੇ ਥਰੂ ਦੱਸੀਏ ਰੋਜ਼ੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਇਹਦੇ 'ਤੇ ਕੋਨਸਟਰੇਟ ਕੀਤਾ ਹੋਇਆ ਬਹੁਤ ਸਾਰੇ ਲੋਕ ਹੁੰਦੇ ਨੇ ਉਹ ਭੰਬੜ ਭੂਸੇ 'ਚ ਪੈ ਰਹੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਅਸੀਂ ਕਰਨਾ ਕੀ ਹੈ ਹੁਣ ਜਿੰਨੇ ਗੀਤ ਤੁਸੀਂ ਸਿਲੈਕਟ ਕਰਦੇ ਹੋ ਗਾਉਂਦੇ ਹੋ ਉਹਦੇ ਵਿੱਚ ਰਾਏ ਮਸ਼ਵਰਾ ਕਰਦੇ ਹੋ ਜਾਂ ਜਿਹੜਾ ਇਹਨਾਂ ਨੇ ਲਿਖਤ ਉਗਾ ਦਿੰਦੇ ਹੋ ਨਹੀਂ ਆਤਮਾ ਜੀ ਦੇ ਕਿਉਂਕਿ ਜਿੰਨੇ ਵੀ ਗੀਤ ਹੁਣ ਤੱਕ ਆਏ ਨੇ ਆਤਮਾ ਜੀ ਦੇ ਹੀ ਲਿਖੇ ਹੋਏ ਨੇ ਸੋ ਆਤਮਾ ਜੀ ਨੇ ਜਦੋਂ ਵੀ ਕਿਉਂ ਮੇਰਾ ਵੀ ਸੀ ਸ਼ੁਰੂ ਹੋਇਆ ਮੈਂ ਅਜੇ ਹੱਥ ਬੰਨ ਕੇ ਬੇਨਤੀ ਕਰਦਾ ਵੀ ਜੇਕਰ ਚੀਜ਼ ਚੰਗੀ ਆ ਨਾ ਉਹਦਾ ਮੁੱਲ ਜ਼ਰੂਰ ਪੈਂਦਾ ਤੇ ਜਦੋਂ ਮੈਂ ਮਿਲੀਅਨ ਟੱਪ ਗਿਆ ਮੈਂ ਫੇਰ ਤੁਹਾਨੂੰ ਮੁਬਾਰਕਾਂ ਦਿੰਦੀ ਫੇਰ ਨਹੀਂ ਉਹੀ ਤਾਂ ਮੈਂ ਗੱਲ ਕਰ ਰਿਹਾ ਲੋਕ ਕਹਿੰਦੇ ਯਾਰ ਵੀ ਇੰਨੀ ਐਡਾਂ ਐਡਾਂ ਦਾ ਨਹੀਂ ਮਤਲਬ ਹੈਗਾ ਜਦੋਂ ਕੈਸਾ ਨੂੰ ਫਰਮਾਇਸ਼ ਆਉਂਦੀ ਆ ਵੀ ਆਖਦੇ ਸਿਆਣੇ ਪਾਣੀ ਪੁਲਾਂ ਹੇਠੋਂ ਲੰਘਣਾ ਬਹੁਤ ਵਧੀਆ ਲੱਗਦਾ ਤੇ ਉਹਦੀਆਂ ਦੋ ਲਾਈਨਾਂ ਮੈਂ ਕਹਿੰਦਾ ਸੁਣਾ ਦਵਾਂ ਭਾਜੀ ਇਹ ਤੁਹਾਡੇ ਤੇ ਹੈਗਾ ਮਾਣ ਤਾਂ ਕਰਨ ਕੰਮ ਬਿਲਕੁਲ ਹੈਗਾ ਜੀ ਕਰੂੰ ਭਾਜੀ ਨਹੀਂ ਹੋ ਰਿਹਾ ਜੀ ਉਹ ਛੱਡ ਦੇ ਤੂੰ ਹਿੰਡ ਨਾ ਤੂੰ ਕਰ ਅੜੀਆਂ ਮਿੱਤਰਾਂ ਦੇ ਕੋਲ ਨੇ ਸਕੀਮਾਂ ਵੜੀਆਂ ਦੇਖਣਾ ਛੱਡ ਦੇ ਤੂੰ ਝੂਟੀ ਮੂਟੀ ਸਾਡੇ ਕੋਲੋਂ ਖੰਗਣਾ ਨੀ ਆਖਦੇ ਸਿਆਣੇ ਆਖਦੇ ਸਿਆਣੇ ਪਾਣੀ ਪੁਲਾ ਹੇਠੋਂ ਲੰਘਣਾ ਆਖਦੇ ਸਿਆਣੇ ਪਾਣੀ ਪੁਲਾ ਹੇਠੋਂ ਲੰਘਣਾ ਮੇਰੇ ਕੋਲ ਬਹੁਤੀਆਂ ਬੁਝਾਰ ਤਣ ਇਹੋ ਜਿਹੀ ਸਲਾਹ ਕਿਸੇ ਹੋਰ ਨੂੰ ਸੁਣਾ ਮੇਰੇ ਕੋਲ ਬਹੁਤੀਆਂ ਬੁਝਾਰ ਤਣ ਇਹੋ ਜਿਹੀ ਸਲਾਹ ਕਿਸੇ ਹੋਰ ਨੂੰ ਸੁਣਾ ਉਹ ਜਿਹੜੀਆਂ ਪੜਾਵੇ ਮੈਂ ਤਾਂ ਪਹਿਲਾਂ ਗਈਆਂ ਪੜਵੇ ਉਹ ਜਿਹੜੀਆਂ ਪੜਾਵੇ ਮੈਂ ਤਾਂ ਪਹਿਲਾਂ ਗਈਆਂ ਪੜਵੇ ਪੁਲਾਂ ਤੋਂ ਦੀ ਲੰਘ ਜਾਂਦੇ ਪੁਲਾਂ ਤੋਂ ਦੀ ਲੰਘ ਜਾਂਦੇ ਜੋ ਬਣੇ ਦੇ ਹੜਵੇ
ਪੁਲਾਂ ਤੋਂ ਦਿਲ ਲੰਘ ਜਾਂਦੇ ਜੋ ਬਣੇ ਦੇ ਹੜਵੇ ਉਹ ਦੀਵੇਦਾਰ ਕਰਨੇ ਆਗਦਾ ਏ ਮੈਂ ਨਹੀਂ ਪਾਲਨੀ ਅਲਜਵਰੇ ਦੇ ਹੱਲ ਛੇਤੀ ਹੁੰਦੇ ਨਾ ਸਵਾਲੀ ਕਈਆਂ ਤਾਂ ਇਹ ਨਹੀਂ ਪਤਾ ਵੀ ਅਲਜਵਰਾ ਕੀ ਹੁੰਦਾ ਸੀ ਪਰ ਤੁਸੀਂ ਲਿਖਿਆ ਤੁਹਾਨੂੰ ਮੈਂ ਇਸ ਗੱਲ ਦੀ ਦੱਸ ਦਿੰਦਾ ਥੈਂਕ ਯੂ ਵੈਰੀ ਮਚ ਉਹ ਦੀਵੇਦਾਰ ਕਰਨੇ ਆਗਦਾ ਏ ਮੈਂ ਨਹੀਂ ਪਾਲਨੀ ਅਲਜਵਰੇ ਦੇ ਹੱਲ ਛੇਤੀ ਹੁੰਦੇ ਨਾ ਸਵਾਲੀ ਆਤ ਮੇਰੇ ਤੇਰੇ ਨਾਲ ਖੇਡਣਾ ਏ ਕੰਗਣਾ ਨੀ ਆਖਦੇ ਸਿਆਣੇ ਆਖਦੇ ਸਿਆਣੇ ਪਾਣੀ ਪੋਲਾ ਹੇਠੋਂ ਲੰਘਣਾ ਇੱਥੇ ਆਉਣ ਦਾ ਵਾਰ ਵਾਰ ਦਾ ਅਸਲ ਮੇਰੇ ਮੈਨੂੰ ਲੱਗਦਾ ਕਾਰਨ ਕੀ ਹੈ ਜਿਸ ਤੁਸੀਂ ਪਿਆਰ ਦਿੰਦੇ ਹੋ ਨਾ ਮੈਂ ਤਕਰੀਬਨ ਹਰ ਵਾਰ ਗੀਤ 3 ਜਾਂ 4 ਨਵੇਂ ਲੈ ਕੇ ਆਉਣਾ ਅਤੇ ਅਸੀਂ ਰਾਤ ਨੂੰ ਬੈਠੇ ਸੀ ਉੱਥੇ ਐਡਮਿੰਟਨ ਅਤੇ ਰਾਤ ਨੂੰ ਮੈਂ ਗੀਤ ਲਿਖੇ ਉਹ ਹਵਾ ਵਿੱਚ ਮਿੱਤਰੋ ਨੀ ਤੀਰ ਮਾਰੀ ਦੇ ਫੁਕਰੇ ਬੰਦੇ ਨੀ ਬਹੁਤੇ ਸਿਰ ਝਾੜੀ ਦੇ ਹਵਾ ਵਿੱਚ ਮਿੱਤਰੋ ਨੀ ਤੀਰ ਮਾਰੀ ਦੇ ਫੁਕਰੇ ਬੰਦੇ ਨੀ ਬਹੁਤੇ ਸਿਰ ਝਾੜੀ ਦੇ ਉਹ ਜਿੱਥੇ ਯਾਰੀ ਲਾਈਏ ਉੱਥੇ ਕਿੱਲ ਗੱਡੀਏ ਮਸ਼ੂਕਾਂ ਪਿੱਛੇ ਲੱਗ ਕੇ ਨਾ ਯਾਰ ਛੱਡੀਏ ਹੋ ਮੂੰਹ ਤਾਂ ਕਿਸੇ ਦਾ ਜਾਂਦਾ ਨਹੀਂ ਆ ਫੜਿਆ ਇੱਕ ਦਿਨ ਲੈਂਦਾ ਅਸਮਾਨ ਹੀ ਚੜਿਆ ਮੂੰਹ ਤਾਂ ਕਿਸੇ ਦਾ ਜਾਂਦਾ ਨਹੀਂ ਆ ਫੜਿਆ ਇੱਕ ਦਿਨ ਲੈਂਦਾ ਅਸਮਾਨ ਹੀ ਚੜਿਆ ਪਿੰਡ ਦੀ ਤਾਤੀ ਬਣ ਸਾਂਝੀ ਸਭ ਦੀ ਮਾੜੇ ਦੀ ਹਾਂ ਮਾੜੇ ਦੀ ਹਾਂ ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭ ਦੀ ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭ ਦੀ ਪਹਿਲੀ ਵਾਰ ਜੀ ਇਹ ਗੱਲ ਸੁਣਨ ਵਾਲੀ ਹੈ ਜੋ ਨਿੰਦ ਕੇ ਕਿਸੇ ਨੂੰ ਬਣਦੇ ਸਟਾਰ ਨੇ ਜੋ ਨਿੰਦ ਕੇ ਕਿਸੇ ਨੂੰ ਬਣਦੇ ਸਟਾਰ ਨੇ ਉਹ ਸਮਝੋ ਹਵਾ ਚ ਆਏ ਕਲਾਕਾਰ ਨੇ ਉਹ ਸਮਝੋ ਹਵਾ ਚ ਆਏ ਕਲਾਕਾਰ ਨੇ ਜੇ ਰੱਬ ਫੜੇ ਬਾਂ ਪੈਰ ਨਹੀਂ ਉਹ ਛੱਡੀ ਦੇ ਨਹੀਂ ਉਹ ਮਿੱਤਰੋ ਕਸੀਨੋ ਵਿੱਚ ਗੇੜੇ ਕੱਢੀ ਦੇ ਅੱਛਾ ਮੈਨੂੰ ਦੱਸੋ ਬਾਈ ਜੀ ਮੈਨੂੰ ਇਹ ਲੱਗਦਾ ਜਿਵੇਂ ਜਸਵੰਤ ਸੰਦੀਲ ਨੇ ਕਈ ਮੁੱਦਤ ਪਹਿਲਾਂ ਲਿਖਿਆ ਹੋਵੇਗੀ ਤੇ ਨਹੀਂ ਜੀ ਇਹ ਗੱਲ ਇਹ ਆ ਵੀ ਉਹਨਾਂ ਦੀ ਅੱਗੇ ਗੀਤ ਬਹੁਤ ਮਕਬੂਲ ਹੋਇਆ ਸੀ ਮਾੜੀ ਦੀ ਜਨਾਨੀ ਹੁੰਦੀ ਭਾਬੀ ਸਭ ਦੀ ਉਹ ਗੀਤ ਸੀ ਸ਼ਾਹਾਂ ਦਾ ਕਰਜ਼ ਵਰਾ ਮਾੜੀ ਦੀ ਜਨਾਨੀ ਹੁੰਦੀ ਭਾਬੀ ਸਭ ਦੀ ਹਾਂ ਉਹ ਲੈਨ ਸੀ ਨਹੀਂ ਉਹ ਇਦਾਂ ਇਹ ਨਹੀਂ ਇਹ ਗੀਤ ਪ੍ਰੋਪਰ ਗੀਤ ਵੀ ਹੈ ਜੀ ਨਹੀਂ ਉਹ ਗੀਤ ਪੂਰਾ ਉਹਨਾਂ ਦਾ ਇਹ ਅਸੀਂ ਅਸੀਂ ਲੋਕ ਤੱਥ ਲਿਆ ਜੀ ਤੇ ਕੰਪੋਜੀਸ਼ਨ ਲਈ ਉਹ ਵੀ ਸਦੀਲਾ ਸਾਹਿਬ ਦੇ ਮੱਲੇ ਲਿਖੇ ਗੀਤ ਦੀ ਸੀ ਔਰ ਸਾਡੇ ਸਤਿਕਾਰਯੋਗ ਜਗਮੋਹਨ ਕੌਰ ਜੀ ਨੇ ਉਹ ਗੀਤ ਗਾਇਆ ਸੀ ਬਿਲਕੁਲ ਸ਼ਾਹਾਂ ਦਾ ਕਰਜ਼ ਵਰਾ ਬਿਲਕੁਲ ਇਸ ਦੇ ਨਾਲ ਹੀ ਸਮੇਂ ਦੀ ਸਮਾਪਤੀ ਹੈ ਸਮਾਂ ਦੇਣ ਵਾਸਤੇ ਅਦਾਰਾ ਪ੍ਰੈਮੇਸ਼ਿਆ ਤੁਹਾਡਾ ਧੰਨਵਾਦ ਕਰਦਾ ਫਿਰ ਕਿਤੇ ਸਾਡੇ ਵੱਲੋਂ ਵੀ ਸਾਰੀ ਪ੍ਰੈਮੇਸ਼ਿਆ ਦੀ ਟੀਮ ਦਾ ਅਤੇ ਮੇਰੇ ਰੱਬ ਵਰਗੇ ਭਰਾ ਜਿਵੇਂ ਕਹਿੰਦੇ ਆ ਦਵਿੰਦਰ ਮੈਨੀਪਾਲ ਜੀ ਤੂੰ ਵੀ ਨਾਂ ਲੈ ਦਿਆ ਕਰ ਮਾੜਾ ਜਿਹਾ ਬੰਦੇ ਤੋਂ ਕੰਮ ਲੈਣਾ ਹੁੰਦਾ ਅਤੇ ਬਾਈ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਚਾਹ ਪਾਣੀ ਪਿਲਾਇਆ ਅਤੇ ਪੀਜ਼ੇ ਨੂੰ ਆਰਡਰ ਦਿੱਤਾ ਥੈਂਕ ਯੂ ਵੈਰੀ ਮੱਚ ਜਿਉਂਦੇ ਵਾਸਤੇ ਰਹੋ ਜਵਾਨੀਆਂ ਬਣੋ ਥੈਂਕ ਯੂ ਦੋਸਤੋ ਚੱਲਦੇ ਚੱਲਦੇ ਅਸੀਂ ਪ੍ਰੋਗਰਾਮ ਦੀ ਆਖਰੀ ਮੰਜ਼ਿਲ 'ਤੇ ਆ ਗਏ ਹਾਂ ਉਮੀਦ ਨਹੀਂ ਯਕੀਨ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਸਾਡੀ ਇਸ ਦੁਗਾਣਾ ਜੋੜੀ ਦੇ ਨਾਲ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਸਾਡੇ ਤੱਕ ਲਿਖਤੀ ਰੂਪ ਵਿੱਚ ਤੁਸੀਂ ਈਮੇਲ ਕਰ ਸਕਦੇ ਹੋ ਅਤੇ ਜਾਂ ਫਿਰ ਸਾਨੂੰ ਫੋਨ ਕੀਤਾ ਜਾ ਸਕਦਾ ਹੈ ਅੱਜ ਦੇ ਸਮੇਂ ਦੀ ਸਮਾਪਤੀ ਹੈ ਜਾਣ ਤੋਂ ਪਹਿਲਾਂ ਕਹਿਣਾ ਚਾਹੁੰਦਾ ਹੈ ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ ਕੱਲ੍ਹ ਫਿਰ ਕਿਸੇ ਨਵੇਂ ਅਤੇ ਨਵੇਕਲੇ ਪ੍ਰੋਗਰਾਮ ਨਾਲ ਮੁੜ ਹਾਜ਼ਰ ਹੋਵਾਂਗਾ ਉਦੋਂ ਤੱਕ ਵੇਖਦੇ ਰਹੋ ਪ੍ਰਾਈਮ ਏਸ਼ੀਆ ਤੁਹਾਡਾ ਆਪਣਾ ਤੁਹਾਡੇ ਲਈ ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਯੂਕੇ ਸਮੇਤ ਪੂਰੇ ਯੂਰਪ ਚ ਵਸਦੇ ਪੰਜਾਬੀ ਬ੍ਰਿਟ ਏਸ਼ੀਆ ਟੀਵੀ ਦੇ ਨਾਲ ਹੁਣ ਪ੍ਰਾਈਮ ਏਸ਼ੀਆ ਟੀਵੀ ਦੇ ਵਰਲਡ ਫੇਮਸ ਪੰਜਾਬੀ ਸ਼ੋਜ਼ ਵੀ ਦੇਖ ਸਕਦੇ ਨੇ ਜਿਵੇਂ ਪ੍ਰਾਈਮ ਡਿਸਕਸ਼ਨ ਖਬਰ ਦੀ ਖਬਰ ਜੱਜ ਦਾ ਵਿਚਾਰ ਪ੍ਰਾਈਮ ਫੋਕਸ ਪ੍ਰਾਈਮ ਵੂਮੈਨ ਪ੍ਰਾਈਮ ਟਾਈਮ ਪ੍ਰਾਈਮ ਜ਼ਿੰਦਗੀ ਪ੍ਰਾਈਮ ਚਰਚਾ ਪ੍ਰਾਈਮ ਨਿਊਜ਼ ਤੇ ਹੋਰ ਵੀ ਬਹੁਤ ਸਾਰੇ ਸ਼ੋਜ਼ ਸੋ 50 ਦੇ ਕਰੀਬ ਦੇਸ਼ਾਂ ਚ ਵਸਦੇ ਪੰਜਾਬੀਆਂ ਦੇ ਟੀਵੀ ਸੈਟਸ ਤੇ ਸਕਾਈ ਟੀਵੀ ਚੈਨਲ 743 ਵਰਜਨ ਟੀਵੀ ਚੈਨਲ 840 ਪ੍ਰੀਵਿਊ ਚੈਨਲ ਨੰਬਰ 264 ਤੇ ਬ੍ਰਿਟਿਸ਼ ਏਸ਼ੀਆ ਟੀਵੀ ਹੈ ਜਿੱਥੇ ਪ੍ਰਾਈਮ ਏਸ਼ੀਆ ਟੀਵੀ ਹੈ ਉੱਥੇ